ਦੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇਰਾ ਕਉ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਲੜੀਬੱਧ ਸ਼੍ਰਵਣ ਕਰ ਰਹੇ ਸੀ। ਇਤਿਹਾਸ ਦੇ ਵਿੱਚ ਪ੍ਰਸੰਗ ਚੱਲ ਰਿਹਾ ਸੀ ਅਟਲ ਰਾਏ ਜੀ ਦਾ। ਪ੍ਰਸੰਗ ਇੱਥੋਂ ਤੱਕ ਪਹੁੰਚਿਆ ਹੈ ਕਿ ਅਟਲ ਰਾਏ ਜੀ ਦਾ ਮਿੱਤਰ ਜਿਹਦਾ ਨਾਮ ਮੋਹਨ ਸੀ, ਉਹ ਰਾਤ ਦੇ ਵੇਲੇ ਮਰ ਗਿਆ, ਸਵੇਰ ਦੇ ਵੇਲੇ ਖੇਡਣ ਦੇ ਵਾਸਤੇ ਨਾ ਪਹੁੰਚਿਆ। ਅਟਲ ਰਾਏ ਜੀ ਨੇ ਆਪਣੇ ਦਾਸ ਨੂੰ ਘੱਲਿਆ ਕਿ ਪਤਾ ਕਰ ਕਿਉਂ ਨਹੀਂ ਆਇਆ। ਦਾਸ ਨੇ ਆਣ ਕੇ ਖਬਰ ਦਿੱਤੀ ਹੈ ਕਿ ਰਾਤ ਦੇ ਵੇਲੇ ਉਸਨੂੰ ਸੱਪ ਡੰਗ ਗਿਆ, ਉਪਚਾਰ ਕੋਈ ਹੋ ਨਹੀਂ ਸਕਿਆ ਤੇ ਉਹ ਮਰ ਗਏ। ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸੋਹਣਿਓ ਅਚਾਨਕ ਮੋਹਨ ਮਰਨਾ, ਅਟਲ ਰਾਏ ਨਹੀਂ ਕੀਨਸ ਜਰਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮੋਹਨ ਦਾ ਮਰਨਾ ਅਚਾਨਕ ਹੀ ਅਟਲ ਰਾਏ ਜੀ ਨੇ ਸੁਣਿਆ ਤੇ ਮਨ ਦੇ ਵਿੱਚ ਜਰ ਨਾ ਸਕੇ, ਬੜਾ ਦੁੱਖ ਮੰਨੇ। ਸਭ ਲਰ ਕਣ ਕੇ ਹੋਏ ਸਮੇਤ, ਗਾਏ ਤਾਏ ਤਿਸ ਬਣਕ ਨਕੇਤ। ਉਸੇ ਵੇਲੇ ਅਟਲ ਰਾਏ ਜੀ ਨੇ ਆਪਣੇ ਨਾਲ ਦੇ ਸਾਰੇ ਖੇਡਣ ਵਾਲਿਆਂ ਸਾਥੀਆਂ ਨੂੰ ਨਾਲ ਲਿਆ ਹੈ ਤੇ ਕਾਲੀ ਦੇ ਨਾਲ ਹੀ ਉਸ ਮੋਹਨ ਦੇ ਘਰ ਦੇ ਵੱਲ ਚੱਲ ਪਏ। ਹੇਰ ਨਹੇਤ ਤਾਏ ਉਤਲਾਵਤ, ਸੁਣਿਓ ਦੂਰ ਤੇ ਬਹੁ ਬਿਲ ਲਾਵਤ। ਅਟਲ ਰਾਏ ਜੀ ਆਪਣੇ ਸਾਥੀਆਂ ਦੇ ਸਮੇਤ ਦੌੜਦੇ ਹੋਏ ਮੋਹਨ ਦੇ ਘਰ ਪਹੁੰਚੇ ਨੇ। ਦੂਰ ਤੋਂ ਹੀ ਮਾਨੋ ਕਿ ਜਿਹੜੀਆਂ ਰੋਣ ਦੀਆਂ ਆਵਾਜ਼ਾਂ ਨੇ ਨਾ, ਉਹ ਆ ਰਹੀਆਂ। ਆ ਗਏ ਮਿਲੇ ਹੋਤੇ ਸਮਦਾਇਆ, ਸਵਨ ਬਿਲੋ ਕਿਉ ਗੁਰ ਸੁਤ ਆਇਆ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬਹੁਤ ਸਾਰੇ ਲੋਕ ਇਕੱਠੇ ਹੋਏ ਹੋਏ ਸਨ। ਜਦੋਂ ਅਟਲ ਰਾਏ ਜੀ ਉੱਥੇ ਪਹੁੰਚੇ ਤੇ ਸਾਰਿਆਂ ਨੇ ਵੇਖਿਆ ਗੁਰੂ ਸੁੱਤ ਆਇਆ ਕਿ ਗੁਰੂ ਦਾ ਸੁਪੁੱਤਰ ਅਟਲ ਰਾਏ ਆਇਆ। ਮੋਹਣ ਕੇ ਰੋ ਦਤ ਪਿਤ ਮਾਤ, ਕਹਿਣ ਲੱਗੇ ਤੁਮ ਗੁਰ ਕੇ ਤਾਤ। ਮੋਹਣ ਦੇ ਜਿਹੜੇ ਮਾਤਾ ਤੇ ਪਿਤਾ ਸਨ, ਉਹਨਾਂ ਨੇ ਹੱਥ ਜੋੜੇ ਨੇ ਤੇ ਅਟਲ ਰਾਏ ਜੀ ਨੂੰ ਕਹਿੰਦੇ ਨੇ ਕਿ ਇਹ ਅਟਲ ਰਾਏ ਜੀ, ਤੁਸੀਂ ਗੁਰੂ ਜੀ ਦੇ ਸੁਪੁੱਤਰ ਹੋ। ਸਾਥੀ ਖੇਲਣ ਕੇਰ ਤੁਮਾਰਾ, ਪਾਰਿਓ ਮਰਿਓ ਡਸ ਗਾਇਹੀ ਕਾਰਾ। ਕਹਿੰਦੇ ਨੇ ਕਿ ਤੁਹਾਡਾ ਖੇਡਣ ਦਾ ਸਾਥੀ ਮਰ ਗਿਆ ਹੈ, ਇਸ ਕਰਕੇ ਮਰ ਗਿਆ ਹੈ ਕਿਉਂਕਿ ਅਹੀ ਜਿਹੜਾ ਕਾਰਾ ਹੈ, ਅਹੀ ਦਾ ਭਾਵ ਹੁੰਦਾ ਸੱਪ, ਕਿ ਕਾਲੇ ਸੱਪ ਨੇ ਇਸ ਨੂੰ ਡੰਗ ਲਿਆ ਹੈ ਤੇ ਤੁਹਾਡਾ ਸਾਥੀ ਮਰ ਗਿਆ ਹੈ ਜਿਹੜਾ ਰੋਜ਼ ਹੀ ਤੁਹਾਡੇ ਨਾਲ ਖੇਡਿਆ ਕਰਦਾ ਸੀ। ਨਹੀਂ ਉਪਚਾਰ ਲੱਗਿਓ ਕਰ ਰਹੇ, ਅਬ ਚਾਹਤ ਇਸ ਕੋ ਤਨ ਦਹੇ। ਅਟਲ ਰਾਏ ਜੀ ਨੂੰ ਮਾਤਾ ਤੇ ਪਿਤਾ ਨੇ ਆਖਿਆ ਕਿ ਬੜੇ ਉਪਚਾਰ ਕੀਤੇ, ਬੜਾ ਯਤਨ ਕੀਤਾ, ਪਰ ਯਤਨ ਕੋਈ ਵੀ ਕਾਮਯਾਬ ਨਾ ਹੋਇਆ। ਇਹ ਮਰ ਗਿਆ ਤੇ ਹੁਣ ਤੇ ਅਸੀਂ ਤਿਆਰ ਹਾਂ ਇਸ ਦਾ ਸੰਸਕਾਰ ਕਰਨ ਦੇ ਵਾਸਤੇ, ਇਸ ਦੇ ਸਰੀਰ ਨੂੰ ਸਾੜਨ ਦੇ ਲਈ। ਤੁਮ ਗੁਰ ਸੁਤ ਹੋ ਚਹੋ ਸੋ ਕਰੋ, ਅਜ਼ਮਤ ਕੋ ਵਿਸਾਲ ਉਰ ਧਰੋ। ਤਾਂ ਵੀ ਮੋਹਣ ਦੇ ਮਾਤਾ ਪਿਤਾ ਕਹਿੰਦੇ ਨੇ ਕਿ ਤੁਸੀਂ ਗੁਰੂ ਜੀ ਦੇ ਸੁਪੁੱਤਰ ਹੋ, ਜੋ ਚਾਹੋ ਸੋ ਕਰ ਸਕਦੇ ਹੋ, ਤੁਹਾਡੇ ਵਿੱਚ ਬਹੁਤ ਵੱਡੀਆਂ ਕਰਾਮਾਤਾਂ ਨੇ, ਅਜ਼ਮਤਾਂ ਨੇ। ਮੋਹਣ ਮਾਤ ਪਿਤਾ ਜੇ ਆਹੇ, ਸਕਲ ਨਰਨ ਜੁਤ ਬੇਨਤੀ ਕਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੋਹਣ ਦੇ ਮਾਤਾ ਪਿਤਾ ਨੇ ਤੇ ਹੋਰ ਲੋਕਾਂ ਨੇ ਉਸ ਵੇਲੇ ਅਟਲ ਰਾਏ ਜੀ ਦੇ ਸਾਹਮਣੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ। ਤਬ ਸ੍ਰੀ ਅਟਲ ਰਾਏ ਪਿਖ ਕਹਿਓ, ਇਸ ਸਿਰ ਦਾ ਵਸੀੜ ਕੋ ਰਹਿਓ। ਜਦੋਂ ਸਾਰਿਆਂ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਉਸ ਵੇਲੇ ਅਟਲ ਰਾਏ ਜੀ ਨੇ ਮੋਹਣ ਨੂੰ ਦੇਖਿਆ ਤੇ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ, ਇਸ ਸਿਰ ਦਾ ਵਸੀੜ ਕੋ ਰਹਿਓ। ਅਟਲ ਰਾਏ ਜੀ ਕਹਿੰਦੇ ਨੇ ਕਿ ਇਹਦੇ ਸਿਰ ਦੇ ਉੱਤੇ ਤੇ ਮਿੱਟੀ ਚੜੀ ਹੋਈ ਹੈ, ਅਸੀਂ ਤੇ ਤੋਂ ਵਾਰੀ ਲੈਣੀ ਹੈ, ਇਹ ਤੇ ਐਵੇਂ ਹੀ ਇਸ ਵਾਰੀ ਦੇਣ ਤੋਂ ਬਹਾਨਾ ਕਰਕੇ ਪਿਆ। ਕਰ ਖੂੰਡੀ ਕੋ ਚੰਚਲ ਕਰਤੇ, ਮਾਰੇ ਬਾਲ ਕੋ ਬਦਨ ਨਿਹਰਤੇ। ਅਟਲ ਰਾਏ ਜੀ ਦੇ ਹੱਥ ਦੇ ਵਿੱਚ ਉਹ ਖੂੰਡੀ ਫੜੀ ਹੋਈ ਸੀ ਜਿਹਦੇ ਨਾਲ ਰੋਜ਼ ਹੀ ਖੇਡਿਆ ਕਰਦੇ ਸਨ। ਉਸ ਵੇਲੇ ਉਸ ਖੁੰਡੀ ਨੂੰ ਹਿਲਾ ਰਹੇ ਸਨ ਆਪਣੇ ਹੱਥ ਦੇ ਵਿੱਚ ਫੜ ਕੇ, ਤੇ ਦੂਸਰੇ ਪਾਸੇ ਮਰੇ ਹੋਏ ਮੋਹਣ ਦੇ ਮੂੰਹ ਨੂੰ ਵੇਖ ਰਹੇ ਸਨ। ਉੱਠ ਪਿਆਰੇ ਦੇਹ ਸੀੜ ਹਮਾਰੀ, ਨਹੀਂ ਸਮੋ ਕਿਮ ਸੁਪਤਿਓ ਭਾਰੀ। ਉਸੇ ਵੇਲੇ ਅਟਲ ਰਾਏ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਪਿਆਰਿਆ ਮਿੱਤਰਾ, ਕਾਲੀ ਦੇ ਨਾਲ ਉੱਠ ਕੇ ਸਾਡੀ ਵਾਰੀ ਦੇ। ਨਹੀਂ ਸਮੋ ਕਿਵ ਸੁਪਤਿਓ ਪਾਰੀ, ਤੂੰ ਤੇ ਸੁੱਤਾ ਹੋਇਆ, ਇਹ ਕੋਈ ਸੌਣ ਦਾ ਸਮਾਂ ਨਹੀਂ ਹੈ, ਇਹ ਖੇਡਣ ਦਾ ਸਮਾਂ ਹੈ, ਉੱਠ ਤੇ ਆਣ ਕੇ ਸਾਡੇ ਨਾਲ ਖੇਡ
ਤੇ ਆਪਣੀ ਵਾਰੀ ਨੂੰ ਮਿਟੀ ਨੂੰ ਪੂਰਾ ਕਰ। ਇਮ ਕਹਿ ਖੂੰਡੀ ਸਿਸ ਗਰ ਪਾਈ, ਕਰ ਬਾਹਣ ਬਲ ਦੀਨ ਉਠਾਈ। ਗ੍ਰੰਥਾਕਾਰ ਜੀ ਲਿਖਦੇ ਨੇ, ਨਾਲੇ ਇਸ ਤਰ੍ਹਾਂ ਆਖਿਆ ਅਟਲ ਰਾਏ ਨੇ, ਨਾਲੇ ਉਹਦੇ ਗਲ ਦੇ ਵਿੱਚ ਉਹ ਖੇਡਣ ਵਾਲੀ ਖੁੰਡੀ ਪਾਈ, ਉਹਦੇ ਨਾਲ ਵੀ ਖਿੱਚਿਆ, ਆਪਣੀਆਂ ਬਾਹਾਂ ਦਾ ਸਹਾਰੇ ਦੇ ਨਾਲ ਵੀ ਉਸ ਨੂੰ ਬਿਠਾ ਦਿੱਤਾ। ਬੈਠਿਓ ਮੋਹਣ ਆਖ ਉਗਾਰੀ, ਬਿਕਸਤ ਉੱਠਿਓ ਹਰਖ ਨਰ ਨਾਰੀ। ਬਸ ਬਿਠਾਉਣ ਦੀ ਦੇਰ ਸੀ, ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਮੋਹਨ ਨੇ ਅੱਖਾਂ ਖੋਲ ਲਈਆਂ ਨੇ, ਉਹਦੇ ਪ੍ਰਾਣ ਵਾਪਸ ਆ ਗਏ ਨੇ, ਉਹ ਜਿਉਂਦਾ ਹੋ ਗਿਆ। ਬਿਕਸ ਉੱਠਿਓ ਹਰਖ ਨਰ ਨਾਰੀ, ਸਾਰੇ ਦੇ ਸਾਰੇ ਇਸਤਰੀਆਂ ਪੁਰਸ਼ ਜਿਹੜੇ ਵੇਖ ਰਹੇ ਸਨ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਇਸ ਤਰੀਕੇ ਦੇ ਨਾਲ। ਉਸ ਵੇਲੇ ਅਟਲ ਰਾਏ ਨੇ ਆਪਣੀ ਕਰਾਮਾਤ ਦੇ ਨਾਲ ਮੋਹਨ ਨੂੰ ਜਿੰਦਾ ਕਰ ਦਿੱਤਾ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਆਪਣੇ ਵੱਖਰੇ ਢੰਗ ਦੇ ਨਾਲ ਇਸ ਘਟਨਾ ਨੂੰ ਇੰਜ ਪੇਸ਼ ਕਰਦੇ ਹਨ। ਚਲੋ ਮੋਹਨ ਨੂੰ ਚੱਲ ਕੇ ਲੈ ਆਈਏ, ਮਿਟੀ ਦੇਵੇ ਕਾਨੂੰ ਚਿਰ ਲਾਇਆ ਜੀ, ਨਾਲ ਲੈ ਕੇ ਸਾਰਿਆਂ ਸਾਥੀਆਂ ਨੂੰ ਬਾਬਾ ਸੋਨੀਆ ਦੇ ਵਿਹੜੇ ਆਇਆ ਜੀ। ਕਿੱਥੇ ਮੋਹਨ ਬਾਜੀ ਸਾਡੀ ਚੱਲ ਦੇਵੇ, ਹੈ ਮਰ ਗਿਆ ਲੋਕਾਂ ਸੁਣਾਇਆ ਜੀ, ਮਰ ਗਿਆ ਕਿੱਥੇ ਪਿਆ ਹੋ ਮਕਰਾ, ਮਿਟੀ ਦੇਣ ਤੋਂ ਦਿਲ ਚੁਰਾਇਆ ਜੀ। ਛਪਾ ਛਪ ਬਾਬਾ ਚਲਾ ਗਿਆ ਉੱਥੇ, ਜਿੱਥੇ ਮੋਹਨ ਦੇ ਤਾਈ ਲਿਟਾਇਆ ਜੀ, ਕਹਿੰਦੇ ਉੱਠ ਯਾਰਾ ਚੱਲ ਦੇ ਮਿਟੀ, ਲੰਮਾ ਪੈ ਕਿਉਂ ਵੇਲਾ ਗੁਆਇਆ ਜੀ। ਇਹ ਆਖ ਪਾ ਕੇ ਉਹਦੇ ਗਲ ਖੁੰਡੀ, ਤੁਰਤ ਮੋਹਨ ਦੇ ਤਾਈ ਉਠਾਇਆ ਜੀ। ਜਿਉਂਦਾ ਜਾਗਦਾ ਮੋਹਨ ਕਰਤਾਰ ਸਿੰਘਾ, ਵੇਖ ਮਾਪਿਆਂ ਸ਼ੁਕਰ ਮਨਾਇਆ ਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਜਦੋਂ ਮੋਹਨ ਜਿਉਂਦਾ ਹੋ ਗਿਆ ਤੇ ਉਸ ਨੂੰ ਜ਼ਿੰਦਾ ਦੇਖ ਕੇ ਮਾਪਿਆਂ ਨੇ, ਮਾਤਾ ਤੇ ਪਿਤਾ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਕੀਤੀ। ਧੰਨ ਗੁਰੂ ਗੁਰ ਨੰਦਨ ਧੰਨ, ਦੇਤ ਪ੍ਰਾਣ ਲੱਗ ਪਏ ਪਰ ਸਨ। ਕਵੀ ਜੀ ਲਿਖਦੇ ਨੇ ਕਿ ਹਰ ਇੱਕ ਦੇ ਮੂੰਹ ਦੇ ਵਿੱਚੋਂ ਇਹੀ ਆਵਾਜ਼ ਆਉਂਦੀ ਹੈ ਕਿ ਧੰਨ ਸਤਿਗੁਰੂ ਹਨ, ਤੇ ਧੰਨ ਹੀ ਸਤਿਗੁਰਾਂ ਦਾ ਨੰਦਨ ਹੈ, ਉਹਨਾਂ ਦਾ ਪੁੱਤਰ ਹੈ ਜਿਹੜਾ ਕਿ ਪ੍ਰਾਣਾਂ ਦਾ ਦਾਨ ਦੇ ਸਕਦਾ ਹੈ। ਸਾਰੇ ਬੜੇ ਪ੍ਰਸੰਨ ਨੇ, ਬੜੇ ਖੁਸ਼ ਨੇ। ਕਹਿ ਤੋ ਰੁਦਨ ਕੋ ਰੌਰਾ, ਕਹਿ ਪਾ ਹਰਖ ਸ਼ੋਰ ਤਿਸ ਬੇਰਾ। ਕਵੀ ਜੀ ਲਿਖਦੇ ਨੇ ਕਿ ਥੋੜੀ ਦੇਰ ਪਹਿਲਾਂ ਜਿੱਥੇ ਰੋਣ ਤੇ ਪਿੱਟਣ ਦੀਆਂ ਆਵਾਜ਼ਾਂ ਆ ਰਹੀਆਂ ਸਨ, ਬੜਾ ਰੌਲਾ ਪੈ ਰਿਹਾ ਸੀ, ਉਸੇ ਹੀ ਜਗ੍ਹਾ ਦੇ ਉੱਤੇ ਸਮਾਂ ਬਦਲ ਗਿਆ ਹੈ। ਪਹਿਲਾਂ ਗਮੀ ਦਾ ਰੌਲਾ ਸੀ ਤੇ ਹੁਣ ਖੁਸ਼ੀਆਂ ਦਾ ਸ਼ੋਰ ਸ਼ਰਾਬਾ ਹੋਣ ਲੱਗਾ। ਜਹ ਕਹਿ ਅਟਲ ਰਾਏ ਕੀ ਕੀਰਤ, ਪੁਰ ਮੈਂ ਹੋਤ ਪਈ ਬਿਸ ਤੀਰਤ। ਉਸੇ ਵੇਲੇ ਅਟਲ ਰਾਏ ਜੀ ਦੀ ਜਿਹੜੀ ਵੱਡੀ ਕੀਰਤੀ ਸੀ, ਜਿਹੜੀ ਵੱਡੀ ਸੋਭਾ ਸੀ, ਉਹ ਸਾਰੀ ਪੁਰੀ ਦੇ ਵਿੱਚ, ਸਾਰੀ ਨਗਰੀ ਦੇ ਵਿੱਚ ਪ੍ਰਗਟ ਹੋ ਗਈ, ਫੈਲ ਗਈ।
ਧਨੀ ਪੁੱਤਰ ਕੋ ਮਾਰਿਓ ਜਿਵਾਇਓ, ਕਰ ਖੂੰਡੀ ਕੋ ਛੁਆਏ ਉਠਾਇਓ। ਸਾਰੇ ਪਿੰਡ ਦੇ ਵਿੱਚ ਗੱਲਾਂ ਹੋਣ ਲੱਗੀਆਂ ਨੇ ਕਿ ਅਟਲ ਰਾਏ ਜੀ ਨੇ ਉਸ ਧਨੀ ਗੁਰਮੁਖ ਨਾਂ ਦੇ ਖੱਤਰੀ ਦੇ ਪੁੱਤਰ ਨੂੰ ਜਵਾ ਦਿੱਤਾ ਹੈ, ਆਪਣੀ ਖੂੰਡੀ ਛੁਆਈ ਹੈ ਤੇ ਉਸਨੂੰ ਮਰੇ ਪਏ ਨੂੰ ਜ਼ਿੰਦਾ ਕਰ ਦਿੱਤਾ ਹੈ। ਇਸ ਤਰੀਕੇ ਦੇ ਨਾਲ ਸਾਰੇ ਨਗਰ ਦੇ ਵਿੱਚ ਇਹ ਗੱਲ ਫੈਲ ਗਈ। ਮੋਹਨ ਤਾਈ ਲੈ ਕੇ ਬਾਹਰ ਚਲੇ ਗਏ, ਖੇਡ ਸਾਥੀਆਂ ਨਾਲ ਮਚਾਈ ਬਾਬੇ, ਸਾਰੇ ਚੱਕ ਦੇ ਵਿੱਚ ਪੈ ਗਿਆ ਰੌਲਾ, ਕਰਾਮਾਤ ਵੱਡੀ ਦਿਖ ਲਾਈ ਬਾਬੇ। ਮੁੰਡਾ ਖੱਤਰੀਆਂ ਦਾ ਜਿਉਂਦਾ ਕਰ ਦਿੱਤਾ, ਲੀਲਾ ਬੜੀ ਅਸਚਰਜ ਵਰਤਾਈ ਬਾਬੇ। ਗੱਲ ਉੱਡ ਗਈ ਸਾਰੇ ਕਰਤਾਰ ਸਿੰਘਾਂ, ਦਿੱਤੀ ਕਰ ਹੈਰਾਨ ਲੁਕਾਈ ਬਾਬੇ। ਕਰਤਾਰ ਸਿੰਘ ਜੀ ਕਲਾਸ ਵੇਲੇ ਲਿਖਦੇ ਨੇ ਕਿ ਬੜਾ ਵੱਡਾ ਕੌਤਕ ਕਰਕੇ ਦਿਖਾਇਆ, ਇਹ ਕੌਤਕ ਸਾਰੀ ਜਗ੍ਹਾ ਦੇ ਉੱਤੇ ਪ੍ਰਗਟ ਹੋ ਗਿਆ। ਲੋਕੀ ਗੱਲਾਂ ਕਰਦੇ ਨੇ ਕਿ ਵੱਡੀ ਕਰਾਮਾਤ ਦਿਖਾਈ ਹੈ ਅਟਲ ਰਾਏ ਨੇ। ਸਭ ਮਾਤਨ ਕੋ ਸੁਧ ਤਬ ਹੋਈ, ਮੁਦਤ ਕਹਿਤ ਜਿਤ ਕਿਤ ਸਭ ਕੋਈ। ਚਲਦੀ ਚਲਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਪਹੁੰਚ ਗਈ ਹੈ। ਜਿਹੜੀਆਂ ਮਾਤਾਵਾਂ ਨੇ ਉਹਨਾਂ ਦੇ ਕੋਲ ਵੀ ਖਬਰ ਪਹੁੰਚੀ ਕਿ ਅਟਲ ਰਾਏ ਜੀ ਨੇ ਇਹ ਕਰਾਮਾਤ ਦਿਖਾਈ ਹੈ। ਸਾਰੇ ਦੇ ਸਾਰੇ ਆਣ ਕੇ ਖੁਸ਼ੀ ਦੇ ਨਾਲ ਇਹ ਗੱਲ ਦੱਸਦੇ। ਸ੍ਰੀ ਹਰਿ ਗੋਬਿੰਦ ਤਖਤ ਅਕਾਲਾ, ਬੈਠੇ ਹੋਤੇ ਸਹਿਤ ਸਿੱਖ ਜਾਲਾ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਵੇਲੇ ਇਹ ਕੌਤਕ ਕੀਤਾ ਤੇ ਗੱਲ ਪ੍ਰਗਟ ਹੋਈ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅਕਾਲ ਤਖਤ ਬੈਠੇ ਹੋਏ ਸਨ ਆਪਣੇ ਪ੍ਰੇਮੀ ਸਿੱਖਾਂ ਦੇ ਸਮੇਤ। ਮੁਦਤ ਰਿਦੇ ਤੇ ਬਾਕ ਬਿਲਾਸ, ਬਿਗਸਤ ਕਰਤ ਥਿਰੇ ਜੇ ਪਾਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਪ੍ਰਸੰਨਤਾ ਦੇ ਨਾਲ ਆਪਣੇ ਸਿੱਖਾਂ ਸੇਵਕਾਂ ਦੇ ਨਾਲ ਬਚਨ ਬਿਲਾਸ ਕਰ ਰਹੇ ਸਨ। ਤਹ ਇੱਕ ਸਿੱਖ ਨੇ ਆਣ ਸੁਣਾਈ, ਅਟਲ ਰਾਏ ਬੜ ਕੀਰਤ ਪਾਈ। ਦੌੜਦਾ ਹੋਇਆ ਇੱਕ ਸਿੱਖ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚਿਆ ਹੈ। ਉਸ ਨੇ ਆਣ ਕੇ ਸਤਿਗੁਰਾਂ ਨੂੰ ਅਰਜ਼ ਕੀਤੀ ਹੈ ਕਿ ਇਹ ਗਰੀਬ ਨਵਾਜ, ਇਹ ਸੱਚੇ ਪਾਤਸ਼ਾਹ, ਤੁਹਾਡੇ ਪੁੱਤਰ ਅਟਲ ਰਾਏ ਨੇ ਬਹੁਤ ਵੱਡੀ ਸੋਭਾ ਖੱਟੀ। ਗੁਰਮੁਖ ਖੱਤਰੀ ਕੋ ਸੁਤੇਕ, ਮਿਲ ਖੇਲਤ ਸਿਸ ਅਪਰ ਅਨੇਕ। ਉਹ ਦੱਸਣ ਵਾਲਾ ਸਿੱਖ ਕਹਿੰਦਾ ਕਿ ਗੁਰਮੁਖ ਨਾਂ ਦਾ ਜਿਹੜਾ ਖੱਤਰੀ ਹੈ ਉਹਦਾ ਇੱਕੋ ਇੱਕ ਪੁੱਤਰ ਸੀ ਜਿਹਦਾ ਨਾਮ ਮੋਹਨ ਸੀ, ਤੇ ਮੋਹਨ ਮਾਨੋ ਕਿ ਤੁਹਾਡੇ ਪੁੱਤਰ ਅਟਲ ਰਾਏ ਦਾ ਸਾਥੀ ਸੀ, ਰੋਜ਼ ਇੱਕ ਦੂਜੇ ਦੇ ਨਾਲ ਖੇਡਦੇ ਸਨ। ਰਾਤ ਵਿਖੇ ਡਸੀ ਗਾਇ ਅਹਿਕਾਰਾ, ਮਾਰਿਓ ਤੁਰਤ ਨਾ ਲੱਗਿਓ ਉਪਚਾਰਾ। ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਉਸ ਮੋਹਨ ਨੂੰ ਰਾਤ ਦੇ ਵੇਲੇ ਕਾਲਾ ਸੱਪ ਲੜ ਗਿਆ, ਉਪਚਾਰ ਹੋ ਨਾ ਸਕਿਆ, ਇਲਾਜ ਹੋ ਨਾ ਸਕਿਆ ਤੇ ਉਹ ਮੋਹਨ ਮਰ ਗਿਆ। ਅਟਲ ਰਾਏ ਤਿਸ ਸਦਨ ਸਿਧਾਰੇ,
ਸੰਗੀ ਪਾਰੇ ਉਹ ਸਮ੍ਰਿਤਕ ਨਿਹਾਰੇ। ਤੇ ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਅਟਲ ਰਾਏ ਨੂੰ ਪਤਾ ਲੱਗਾ ਮੋਹਨ ਦੇ ਮਰਨ ਦਾ। ਅਟਲ ਰਾਏ ਜੀ ਉਹਨਾਂ ਦੇ ਘਰ ਦੇ ਵਿੱਚ ਗਏ ਤੇ ਜਾ ਕੇ ਦੇਖਿਆ ਕਿ ਉਹਨਾਂ ਦਾ ਸੰਗੀ ਸਾਥੀ ਖੇਡਣ ਵਾਲਾ ਮਰਿਆ ਪਿਆ। ਖੂੰਡੀ ਹੱਥ ਸੁਛਵਾਏ ਉਠਾਇਓ, ਹਮਸੋਂ ਖੇਲੋ ਭਾਖ ਜਿਵਾਇਓ। ਸਿੱਖ ਕਹਿੰਦਾ ਸੱਚੇ ਪਾਤਸ਼ਾਹ ਐਸੀ ਕਰਾਮਾਤ ਕੀਤੀ, ਅਟਲ ਰਾਏ ਨੇ ਆਪਣੀ ਖੂੰਡੀ ਉਹਦੇ ਸਿਰ ਦੇ ਨਾਲ ਛੁਹਾ ਦਿੱਤੀ ਤੇ ਇੰਜ ਆਖਿਆ ਹਮਸੋਂ ਖੇਲੋ ਕਿ ਉੱਠ ਸਾਡੇ ਨਾਲ ਖੇਡ। ਸੱਚੇ ਪਾਤਸ਼ਾਹ ਕਰਾਮਾਤ ਹੋ ਗਈ। ਇਹਨਾਂ ਕਹਿਣ ਦੇ ਨਾਲ ਹੀ ਮੋਹਨ ਜਿਉਂਦਾ ਹੋ ਗਿਆ। ਸ੍ਰੀ ਸਤਿਗੁਰ ਸੁਣ ਕੇ ਬਿਸਮਾਏ, ਕਿਤਕ ਦੇਰ ਲਾਉ ਨਹੀਂ ਅਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਿੱਖ ਨੇ ਸਾਰੀ ਵਾਰਤਾ ਸੁਣਾਈ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਹੈਰਾਨ ਹੋਏ। ਕਵੀ ਜੀ ਲਿਖਦੇ ਨੇ, ਕਿਤਕ ਦੇਰ ਲਾਉ ਨਹੀਂ ਅਲਾਏ, ਥੋੜੀ ਦੇਰ ਚੁੱਪ ਕਰਕੇ ਬੈਠੇ ਰਹੇ, ਕੋਈ ਵੀ ਵਚਨ ਨਾ ਆਖਿਆ, ਨਾ ਚੰਗਾ ਤੇ ਨਾ ਹੀ ਮੰਦਾ। ਪੁਣ ਚਿਤ ਮੈਂ ਰਿਸ ਭਈ ਕਨੇਰੇ, ਇਹ ਕਿਆ ਕਰਿਓ ਨਿਕਟ ਹੀ ਮੇਰੇ। ਤੇ ਫਿਰ ਕਵੀ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਰਿਸ ਪੈਦਾ ਹੋਈ ਹੈ, ਰੰਜਿਸ਼ ਪੈਦਾ ਹੋਈ ਹੈ ਅਟਲ ਰਾਏ ਦੇ ਪ੍ਰਤੀ। ਸਤਿਗੁਰੂ ਜੀ ਸੋਚਦੇ ਨੇ, ਇਹ ਕਿਆ ਕਰਿਓ ਨਿਕਟ ਹੀ ਮੇਰੇ। ਅਟਲ ਰਾਏ ਨੇ ਇਹ ਕੀ ਕੀਤਾ ਕਿ ਮੇਰੇ ਹੁੰਦਿਆਂ ਹੀ ਐਸੀ ਕਰਾਮਾਤ ਦਿਖਾਈ। ਦੁਸ਼ਟਨ ਰਾਜ ਤੇਜ ਅਬ ਹੈ, ਸ਼ਾਹ ਕੇ ਸ਼ਾਹ ਪੁੱਤਰ ਮ੍ਰਿਤ ਲਹਿ। ਹੁਣ ਸਤਿਗੁਰੂ ਜੀ ਆਪਣੇ ਮਨ ਦੇ ਵਿੱਚ ਹੀ ਕਈ ਤਰ੍ਹਾਂ ਦੀਆਂ ਵਿਚਾਰਾਂ ਸੋਚਦੇ ਨੇ। ਸਤਿਗੁਰਾਂ ਨੇ ਸੋਚਿਆ ਕਿ ਦੁਸ਼ਟਾਂ ਦਾ ਰਾਜ ਹੈ ਤੁਰਕਾਂ ਦਾ, ਸ਼ਾਹ ਕੇ ਸ਼ਾਹ ਪੁੱਤਰ ਮ੍ਰਿਤ ਲਹਿ। ਜੇਕਰ ਕਦੇ ਬਾਦਸ਼ਾਹ ਜਾਂ ਬਾਦਸ਼ਾਹ ਦਾ ਕਦੇ ਕੋਈ ਪੁੱਤਰ ਮਰ ਜਾਏਗਾ। ਆਣ ਪਰੇ ਸੋ ਗਰੇ ਹਮਾਰੇ, ਦੀਨ ਹੋਹਿ ਕੈ ਓਜ ਦਿਖਾਰੇ। ਉਸ ਵੇਲੇ ਕੀ ਹੋਵੇਗਾ ਜਦੋਂ ਕੋਈ ਬਾਦਸ਼ਾਹ ਮਰ ਜਾਵੇਗਾ ਜਾਂ ਉਹਦਾ ਲੜਕਾ ਮਰ ਜਾਵੇਗਾ, ਉਹ ਸਾਡੇ ਆਣ ਕੇ ਗਲ ਪੈਣਗੇ ਜਾਂ ਦੀਨਗੀ ਦੇ ਨਾਲ ਬੇਨਤੀ ਕਰਨਗੇ ਤੇ ਜਾਂ ਫਿਰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਕੇ ਕਹਿਣਗੇ ਕਿ ਇਸ ਨੂੰ ਜਿੰਦਾ ਕਰ ਦੇ। ਹਮ ਤੇ ਚਹਿ ਜਿਵਾਯੋ ਸੋਈ, ਪ੍ਰਭ ਕੇ ਸੰਗ ਸ਼ਰੀਕੀ ਹੋਈ। ਇੱਕ ਬਹੁਤ ਵੱਡਾ ਕਾਰਨ ਸਤਿਗੁਰਾਂ ਨੇ ਸੋਚਿਆ ਕਿ ਤੁਰਕਾਂ ਦਾ ਰਾਜ ਹੈ, ਜੇ ਕਦੇ ਰਾਜਾ ਮਰ ਗਿਆ ਤੇ ਰਾਜੇ ਦੇ ਸਾਥੀ ਆਣ ਕੇ ਕਹਿਣਗੇ ਕਿ ਤੁਸੀਂ ਮਨੁੱਖ ਨੂੰ ਜਿੰਦਾ ਕਰ ਸਕਦੇ ਹੋ, ਇਸ ਕਰਕੇ ਜਿੰਦਾ ਕਰ ਦਿਓ ਸਾਡੇ ਰਾਜੇ ਨੂੰ। ਜੇ ਰਾਜੇ ਦਾ ਕੋਈ ਰਾਜਕੁਮਾਰ ਮਰ ਜਾਏਗਾ, ਰਾਜਾ ਵੀ ਆਣ ਕੇ ਆਖੇਗਾ ਮੇਰੇ ਰਾਜਕੁਮਾਰ ਨੂੰ ਜਿੰਦਾ ਕਰੋ। ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਸਾਡੇ ਜਿਹੜੇ ਸਿੱਖ ਸੇਵਕ ਨੇ ਉਹਨਾਂ ਦੇ ਵਿੱਚੋਂ ਕੋਈ ਮਰ ਜਾਵੇ, ਉਹ ਵੀ ਆਣ ਕੇ ਬੇਨਤੀ ਕਰਨਗੇ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਜਿੰਦਾ ਕਰ ਦਿਓ। ਤੇ ਗੁਰੂ ਜੀ ਕਹਿੰਦੇ ਨੇ, ਜੇ ਇਸੇ ਤਰੀਕੇ ਦੇ ਨਾਲ ਅਸੀਂ ਜਿੰਦਾ ਕਰਦੇ ਰਵਾਂਗੇ ਤੇ ਫਿਰ ਕੀ ਹੋਵੇਗਾ, ਪ੍ਰਭ ਕੇ ਸੰਗ ਸ਼ਰੀਕੀ ਹੋਏ ਤੇ ਪ੍ਰਭੂ ਦੇ ਨਾਲ ਅਕਾਲ ਪੁਰਖ ਦੀ ਬਣਾਈ ਹੋਈ ਬਣਤ ਦੇ ਨਾਲ ਇਹ ਸ਼ਰੀਕੀ ਹੋ ਜਾਏਗੀ, ਭਾਵ ਕੇ ਸ਼ਰੀਕਾ ਭਾਵ ਹੋਵੇਗਾ, ਉਹਦੀ ਕੀਤੀ ਦੇ ਵਿੱਚ ਲੱਤ ਅੜਾਉਣ ਵਾਲਾ ਇਹ ਵੱਡਾ ਕੰਮ ਹੋਵੇਗਾ। ਪਰਮੇਸ਼ਵਰ ਕਰ ਮਨ ਫਲ ਦੇ,
ਹਮ ਜਿਵਾਏ ਕਰ ਤਾਹੇ ਮਟੇ। ਤੇ ਸਤਿਗੁਰੂ ਜੀ ਆਪਣੇ ਮਨ ਦੇ ਵਿੱਚ ਵਿਚਾਰਦੇ ਨੇ ਕਿ ਜੇਕਰ ਕਿਸੇ ਦੇ ਕਹਿਣ ਦੇ ਉੱਤੇ ਅਸੀਂ ਕਿਸੇ ਮਨੁੱਖ ਨੂੰ ਜਿੰਦਾ ਕਰਾਂਗੇ ਤੇ ਫਿਰ ਮੰਨੋ ਕਿ ਪ੍ਰਭੂ ਦੇ ਕੀਤੇ ਹੋਏ ਕਰਮ ਦੀ ਉਲੰਘਣਾ ਹੋਵੇਗੀ, ਕਿਉਂਕਿ ਜਿਹੜਾ ਪ੍ਰਭੂ ਹੈ, ਜਿਹੜਾ ਪਰਮੇਸ਼ਰ ਹੈ, ਜਿਹੜਾ ਭਗਵਾਨ ਹੈ, ਉਹ ਮਨੁੱਖ ਦੇ ਕਰਮਾਂ ਦੇ ਅਨੁਸਾਰ ਉਸ ਨੂੰ ਫਲ ਦਿੰਦਾ ਹੈ। ਹਮ ਜਿਵਾਏ ਕਰ ਤਾਂ ਹੀ ਮਟੇ, ਤੇ ਜੇਕਰ ਅਸੀਂ ਕਿਸੇ ਨੂੰ ਜਿੰਦਾ ਕਰਕੇ ਇਹ ਕੰਮ ਕਰਾਂਗੇ ਤੇ ਉਹਦੀ ਕੀਤੀ ਹੋਈ ਕਾਰ ਦੇ ਵਿੱਚ ਉਲੰਘਣਾ ਹੋਵੇਗੀ, ਇੱਕ ਅੜਚਣ ਪੈਦਾ ਹੋਵੇਗੀ। ਇਹ ਤੋ ਬਾਤ ਨਾ ਨੇਕੀ ਹੈ, ਮਰੇ ਜੋ ਫੇਰ ਜੀਣ ਕੋਲ ਹੈ। ਸਤਿਗੁਰੂ ਜੀ ਵਿਚਾਰਦੇ ਨੇ ਇਹ ਗੱਲ ਬਿਲਕੁਲ ਵੀ ਯੋਗ ਨਹੀਂ ਹੈ ਕਿ ਕੋਈ ਪ੍ਰਭੂ ਕਿਸੇ ਨੂੰ ਮਾਰ ਦੇਵੇ ਤੇ ਅਸੀਂ ਉਸ ਨੂੰ ਜਿੰਦਾ ਕਰ ਦੇਈਏ। ਇਸ ਕਰਕੇ ਜਿਹੜਾ ਮਰਦਾ ਹੈ, ਜੇਕਰ ਉਸ ਨੂੰ ਅਸੀਂ ਫਿਰ ਜਿੰਦਾ ਕਰਦੇ ਹਾਂ, ਇਹ ਚੰਗੀ ਗੱਲ ਨਹੀਂ ਹੈ। ਇਹ ਪ੍ਰਭੂ ਦੇ ਨਾਲ ਸ਼ਰੀਕੀ ਵਾਲੀ ਗੱਲ ਹੈ, ਸ਼ਰੀਕਾ ਭਾਵ ਹੈ। ਹਮਨੇ ਨਹੀਂ ਕਰ ਹੀ ਇਹ ਕੈਸੇ, ਦੇਣੇ ਪ੍ਰਾਣ ਬਣੇ ਬਿਦ ਐਸੇ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ, ਅਸੀਂ ਤੇ ਕਦੇ ਵੀ ਐਸਾ ਨਹੀਂ ਕੀਤਾ ਕਿ ਕਿਸੇ ਨੂੰ ਜਿੰਦਾ ਕੀਤਾ ਹੋਵੇ, ਪਰ ਇਹਨੇ ਕਿਉਂ ਕੀਤਾ ਹੈ? ਦੇਣੇ ਪ੍ਰਾਣ ਬਣੇ ਬਿਦ ਐਸੇ। ਸਤਿਗੁਰੂ ਜੀ ਵਿਚਾਰਦੇ ਨੇ ਕਿ ਜਿਹੜਾ ਇਸ ਤਰ੍ਹਾਂ ਕਰਦਾ ਹੈ ਨਾ, ਉਹਨੂੰ ਤੇ ਪ੍ਰਾਣ ਦੇਣੇ ਪੈਂਦੇ ਨੇ ਉਸ ਦੇ ਬਦਲੇ ਦੇ ਵਿੱਚ। ਇਤਿਆਦਿਕ ਬਹੁ ਗਟੀ ਵਿਚਾਰ, ਅਟਲ ਰਾਏ ਸੁਤ ਪਰ ਰਿਸ ਧਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਗਟੀਆਂ ਨੂੰ ਵਿਚਾਰਿਆ, ਬੜੀਆਂ ਸੋਚਾਂ ਸੋਚੀਆਂ, ਆਪਣੇ ਪੁੱਤਰ ਅਟਲ ਰਾਏ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਨਾਰਾਜ਼ ਨੇ। ਧਰੀ ਮੌਣ ਮੁਖ ਭਾਣੇ ਨ ਬੈਨ, ਕਿਸ ਕੀ ਦਿਸ਼ਾ ਨ ਕਰਤੇ ਨੈਣ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚੁੱਪ ਨੂੰ ਧਾਰਨ ਕਰੀ ਰੱਖਿਆ, ਕੋਈ ਵੀ ਆਪਣੇ ਮੂੰਹ ਦੇ ਵਿੱਚੋਂ ਬਚਨ ਨਾ ਕੀਤਾ ਤੇ ਕਿਸੇ ਸਿੱਖ ਸੇਵਕ ਦੇ ਵੱਲ ਵੀ ਨਾ ਦੇਖਿਆ। ਬੈਠੇ ਰਹੇ ਹਿਰਦੈ ਰਿਸ ਛਾਈ, ਮਨ ਮੈਂ ਗਿਣੇ ਨਾ ਇਹ ਭਲੇ ਆਈ। ਚੁੱਪ ਕਰਕੇ ਬੈਠੇ ਰਹੇ ਸਤਿਗੁਰੂ ਜੀ, ਪਰ ਮਨ ਦੇ ਵਿੱਚ ਬੜਾ ਕ੍ਰੋਧ ਹੈ ਅਟਲ ਰਾਏ ਦੇ ਪ੍ਰਤੀ। ਮਨ ਮੈਂ ਗਿਣੇ, ਮਨ ਦੇ ਵਿੱਚ ਸੋਚਦੇ ਨੇ, ਨਾ ਇਹ ਭਲਿਆਈ ਕਿ ਜਿਹੜਾ ਕਰਮ ਕੀਤਾ ਹੈ ਨਾ ਅਟਲ ਰਾਏ ਨੇ, ਇਹ ਭਲੇ ਦਾ ਕਰਮ ਨਹੀਂ ਹੈ, ਇਹ ਚੰਗਾ ਨਹੀਂ ਕੀਤਾ ਉਸਨੇ। ਆਵੇ ਅਮੋਹ ਹੋਏ ਜੋ ਨਾ ਹਟਾਵੇ, ਟਰੇ ਨਾ ਇਹ ਪੁਣ ਅਪਰ ਜੀਵਾਵੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਜੇਕਰ ਇਸ ਵੇਲੇ ਅਸੀਂ ਆਪਣੇ ਪੁੱਤਰ ਦੇ ਮੋਹ ਨੂੰ ਦੂਰ ਨਹੀਂ ਕਰਾਂਗੇ, ਕਹਿਣ ਤੋਂ ਭਾਵ ਹੈ ਕਿ ਮੇਰਾ ਪੁੱਤਰ ਹੈ, ਜੇਕਰ ਮੈਂ ਮੋਹ ਦੇ ਵਸ ਦੇ ਵਿੱਚ ਹੋ ਕੇ ਉਹਨੂੰ ਨਹੀਂ ਹਟਾਉਂਦਾ, ਇਹ ਗੱਲ ਚੰਗੀ ਨਹੀਂ ਹੈ। ਮੈਨੂੰ ਕਰਨਾ ਪਵੇਗਾ ਕਿ ਮੈਂ ਮੋਹ ਤੋਂ ਦੂਰ ਜਾਵਾਂ ਤੇ ਉਸ ਨੂੰ ਰੋਕਣ ਦਾ ਯਤਨ ਕਰਾਂ। ਜੇਕਰ ਇੰਜ ਨਾ ਕਰਾਂਗਾ, ਟਰੇ ਨਾ ਇਹ, ਇਹ ਫਿਰ ਟਲੇਗਾ ਨਹੀਂ। ਪੁਣੇ ਅਪਰ ਜਵਾਬ ਹੈ, ਅੱਜ ਤੇ ਮੋਹਨ ਨੂੰ ਜਿੰਦਾ ਕੀਤਾ, ਕੱਲ ਕਿਸੇ ਹੋਰ ਨੂੰ ਜਿਉਂਦਾ ਕਰੇਗਾ, ਇਸੇ ਤਰ੍ਹਾਂ ਦੀ ਇਹਦੀ ਆਦਤ ਬਣ ਜਾਏਗੀ। ਇਸ ਕਰਕੇ ਸਤਿਗੁਰੂ ਜੀ ਵਿਚਾਰਦੇ ਨੇ, ਮੈਨੂੰ ਚਾਹੀਦਾ ਹੈ ਅਮੋਹ ਦੀ ਵਰਤੋਂ ਕਰਾਂ, ਮੋਹ ਦੇ ਵਿੱਚ ਨਾ ਫਸਾਂ ਤੇ ਤਾੜਨਾ ਕਰਾਂ, ਇਸ ਨੂੰ ਰੋਕਾਂ, ਕਿੰਜ ਨਾ ਕਰੇ। ਦੋਹਾਂ ਲੋਕਾਂ ਕੋ ਵਧੈ ਕਲੇਸ਼, ਭਲੇ ਆਈ ਕੋ ਨਾਹਨ ਲੇ।
ਕਲੇਸ਼ ਸਤਿਗੁਰੂ ਜੀ ਨੇ ਵਿਚਾਰਿਆ ਕਿ ਦੋਵਾਂ ਲੋਕਾਂ ਦੇ ਵਿੱਚ ਵੱਡਾ ਕਲੇਸ਼ ਵਧੇਗਾ ਇਸ ਤਰ੍ਹਾਂ ਕਰਨ ਦੇ ਨਾਲ, ਇਸ ਕਰਕੇ ਇਸ ਗੱਲ ਦੇ ਵਿੱਚ ਇੱਕ ਕਲੇਸ਼ ਮਾਤਰ ਵੀ ਕੋਈ ਭਲਾਈ ਨਹੀਂ ਹੈ, ਕੋਈ ਚੰਗਾ ਕਰਮ ਨਹੀਂ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰਾਂ ਕੀਤੀਆਂ ਨੇ ਤੇ ਸਤਿਗੁਰੂ ਜੀ ਬੜੇ ਨਾਰਾਜ਼ ਹੋਏ, ਅਟਲ ਰਾਏ ਦਿੱਤੇ। ਮੁੰਡਾ ਮੌਤ ਦੇ ਹੱਥੋਂ ਛੁਡਾਇਆਂਦਾ, ਸਾਹਿਬ ਜ਼ਾਦੇ ਦੀ ਹੋਈ ਵਡਿਆਈ ਵੱਡੀ, ਸਤਿਗੁਰੂ ਜੀ ਵਿੱਚ ਦੀਵਾਨ ਬੈਠੇ ਆਣ ਹੋਣੀ ਨੇ ਕਲਾ ਹਿਲਾਈ ਵੱਡੀ, ਸਿੱਖਾਂ ਸਤਿਗੁਰਾਂ ਦੇ ਅੱਗੇ ਗੱਲ ਕੀਤੀ, ਸੁਣੇ ਉਹਨਾਂ ਨੇ ਬੁਰੀ ਮਨਾਈ ਵੱਡੀ, ਦੁਨੀਆਂ ਵਿੱਚ ਪਿਆਰੀ ਔਲਾਦ ਸਭ ਨੂੰ ਮੌਤ ਸਭ ਦੇ ਸਿਰ ਲਿਖਾਈ ਵੱਡੀ, ਸਿੱਖੀ ਦੇਸ ਪਰਦੇਸ ਦੇ ਵਿੱਚ ਫੈਲੀ, ਗੁਰਸਿੱਖੀ ਦੀ ਪ੍ਰੀਤ ਜਤਾਈ ਵੱਡੀ, ਪੁੱਤ ਪੋਤਾ ਜਾਂ ਮਰ ਸੰਬੰਧੀ ਜਾਵੇ ਸਿੱਖ ਲੈ ਆਵਣ ਕਰ ਧਾਈ ਵੱਡੀ, ਜ਼ਿੰਦਾ ਕਰੋ ਤੁਸੀਂ ਬਣੇ ਗੁਰੂ ਸਾਡੇ, ਕਹਿਣ ਫੇਰ ਬਣੂ ਅਖਿਆਈ ਵੱਡੀ, ਇਹ ਚਾਲ ਕਿਵੇਂ ਪੂਰੀ ਉਤਰੇਗੀ, ਪਾਈ ਜਾਏਗੀ ਫੇਰ ਗੁਮਰਾਹੀ ਵੱਡੀ, ਪਾ ਅਜਰ ਵਸਤੂ ਜਰਨੀ ਚਾਹੀਦੀ ਸੀ, ਕੀਤੀ ਸਾਹਿਬ ਜ਼ਾਦੇ ਬੇਪਰਵਾਹੀ ਵੱਡੀ, ਸਤਿਗੁਰੂ ਨੂੰ ਲੱਗੀ ਨਾ ਮੂਲ ਚੰਗੀ, ਚਿਹਰੇ ਉੱਤੇ ਹੈਰਾਨੀ ਆ ਛਾਈ ਵੱਡੀ, ਥੋੜੀ ਜਿਹੀ ਸੀ ਗੱਲ ਕਰਤਾਰ ਸਿੰਘਾ, ਪਰ ਭਾਵੀ ਨੇ ਚੁੱਕ ਬਣਾਈ ਵੱਡੀ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਬੜੀ ਥੋੜੀ ਜਿਹੀ ਗੱਲ ਸੀ, ਪਰ ਭਾਵੀ ਨੇ ਐਸਾ ਕਰਮ ਕੀਤਾ ਕਿ ਉਸ ਨੂੰ ਬਹੁਤ ਵੱਡਾ ਵਧਾ ਦਿੱਤਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅਟਲ ਰਾਏ ਦੇ ਉੱਤੇ ਬੜੇ ਨਾਰਾਜ਼ ਹੋਏ। ਰਿਸ ਮੈਂ ਬੈਠੇ ਘਟਕਾ ਚਾਰੀ, ਗੁਰ ਰੁੱਖ ਲੱਖ ਨਹੀਂ ਕਿਨੋ ਉਚਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਰੀਬ ਚਾਰ ਕੁ ਘੜੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰੀਕੇ ਦੇ ਨਾਲ ਬੈਠੇ ਰਹਿ, ਗੁਰੂ ਦੇ ਰੁੱਖ ਨੂੰ ਜਾਣ ਕੇ ਕਿਸੇ ਸਿੱਖ ਨੇ ਕੋਈ ਵੀ ਅਰਜ ਨਾ ਕੀਤੀ। ਖੇਲਤ ਅਟਲ ਰਾਏ ਤਬ ਆਏ, ਕੰਚਨ ਕੇ ਭੂਖਣ ਤਨ ਪਾਏ। ਇੰਨੇ ਚਿਰ ਨੂੰ ਖੇਡਦਿਆਂ ਖੇਡਦਿਆਂ ਅਟਲ ਰਾਏ ਜੀ ਉੱਥੇ ਹੀ ਪਹੁੰਚ ਗਏ ਨੇ ਜਿੱਥੇ ਕਿ ਸਤਿਗੁਰੂ ਜੀ ਬੈਠੇ ਸਨ। ਅਟਲ ਰਾਏ ਦੇ ਸਰੀਰ ਦੇ ਉੱਤੇ ਸੋਨੇ ਦੇ ਗਹਿਣੇ ਪਾਏ ਹੋਏ ਨੇ। ਖੂੰਡੀ ਘਰ ਮੈਂ ਧਾਰਨ ਕਰੀ, ਧੂਲ ਅਦਕ ਉੱਡ ਜਿਸ ਤਨ ਪਰੀ। ਉਸੇ ਤਰੀਕੇ ਦੇ ਨਾਲ ਹੱਥ ਦੇ ਵਿੱਚ ਖੇਡਣ ਵਾਲੀ ਖੂੰਡੀ ਫੜੀ ਹੋਈ ਹੈ, ਖੇਡਦੇ ਆਉਂਦੇ ਨੇ, ਬਹੁਤ ਸਾਰੀ ਧੂਲ ਮਿੱਟੀ ਉੱਡ ਉੱਡ ਕੇ ਸਰੀਰ ਦੇ ਉੱਤੇ ਪਈ ਹੋਈ ਹੈ। ਇਸ ਵਿਦਿਆ ਗੇ ਨੰਦਨ ਜੋਵਾ, ਬਿਨਾ ਸਨੇਹ ਕੋ ਪਿਓਰ ਹੋਵਾ। ਕਵੀ ਜੀ ਲਿਖਦੇ ਨੇ, ਜਦੋਂ ਹੀ ਆਪਣੇ ਅੱਗੇ ਆਉਂਦਾ ਵੇਖਿਆ ਆਪਣੇ ਪੁੱਤਰ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ, ਕਵੀ ਜੀ ਲਿਖਦੇ ਨੇ, ਬਿਨਾਂ ਸਨੇਹ, ਕੋਈ ਸਨੇਹ ਨਹੀਂ ਕੀਤਾ, ਕੋਈ ਪਿਆਰ ਨਹੀਂ ਕੀਤਾ, ਬਗੈਰ ਸਨੇਹ ਤੋਂ ਕੋਪ ਔਰ ਹੋਵਾ ਗੁੱਸਾ ਆਇਆ।
नमो करत को बाक बखाना, निज अजमत बेदताए जहाना। अटल राय ने आण के सतगुरां दे चरणां दे उत्ते नमस्कार कीते। उसे वेले सतगुरां ने वचन कीता, कहिंदे ने निज अजमत बिदताए जहाना, कहिंदे ने हे अटल राय तू अपनी करामात नूं जगत दे विच प्रगट कर रहे। जर नहीं सको ओज निज अंतर, करो दिखावन लाए निरंतर। सतगुरु जी कहिंदे ने कि जिहड़ी तेरे विच करामात है तू उस नूं जर नहीं रहा, लगातार दिन ब दिन तू उस नूं दिखा रहा, लोकां दे विच प्रगट कर रहा। करामात को कहर कहंते, सो तैं करत न समझ रहंते। सतगुरां ने वचन कीता, हे अटल राय की तू जानदा है कि करामात नूं कह रखिया जांदा है ते उही कहर तू कर रहा है, ना समझ रहंते, तू समझ के नहीं रहिंदा। करामात नूं कहर कहिंदे ने ते तू कहर वरताया। इस तरीके दे नाल सतगुरु जी नाराज हो। इने चिर नूं बाबा अटल राय बारों खेड दीवान विच आवदे ने, नमस्कार करके पास बैठ गए, गुरु गुस्से दे नाल सुनावदे ने। पाया जर वस्तु जरी गई नाहीं, जाहिर करन लग पए जतावदे ने। पिता रंज होए वेख करतार सिंघा, बड़ा मन दे विच पछुतावदे ने। करतार सिंह जी क्लास वाले लिखदे ने कि जदों सतगुरां ने झिड़किया ते उस वेले पिता जी नूं नाराज देख के मन दे विच बहुत पछताए अटल राय जी। इस कर बे को फल अबई, जे तू रह ता हम जग नहीं। सतगुरु हरगोबिंद सच्चे पातशाह जी ने अटल राय नूं आख्या कि जेड़ा तू कम कीता है इस दा फल ए है, जे तू रह ता हम जग नहीं। जेकर तू जग दे विच रहना, दुनिया दे विच रहना, ते फिर असीं नहीं रह सकदे। कहिंदे ने हम जे रह ता तुम नहीं रहो, इही बाक अब साचो लहो। सतगुरु सच्चे पातशाह जी कहिंदे ने हे अटल राय सारिआं तों चंगी ते वधिया ते सच्ची गल इह है कि जेकर तू दुनिया दे विच रहेगा ते फिर असीं नहीं रह सकदे, ते जेकर असीं दुनिया दे विच रहांगे फिर तू नहीं रह सकदा। क्योंकि आम एक कहावत है, एक म्यान दे विच दो तलवारां कदे नहीं रह सकदियां। सतगुरां ने वचन कीता अटल राय या फिर तू रवेगा ते या फिर असीं रवांगे, दोवें नहीं रह सकदे। सुन श्री अटल राय गुर बच को, मान्यो हृदय कहियो चह सच को। यह किवें हो सकदा सी कि अटल राय जी यह सोचदे कि मैं रवां ते सतगुरु जी ना रहण। जदों सतगुरु हरगोबिंद सच्चे पातशाह जी ने एडा वड्डा वचन कर दिता, उस वेले कवि जी लिखते ने अटल राय ने सतगुरां दे वचनां नूं सुनिया ते सतगुरु सच्चे पातशाह जी दे कहे हुए वाक नूं उह सच्चा करना चाहुंदे ने कि जे सतगुरु जी रहणगे ते फिर मैं ना रवां, तां ही वचन सच्चा होवेगा। क्योंकि सतगुरां ने वचन कीता है जे तू रवेगा मैं नहीं रवांगा, जे मैं रवांगा ते फिर तू नहीं रवेगा। इस करके अटल राय ने सोचिया कि चंगी ते गल इह है कि अपने पिता दे वचन नूं सच्चा करां ते मैं ही ना रवां।
ਹਾਥ ਜੋਰ ਜਿਮ ਸਨ ਮੁਖ ਖਰੇ, ਸਿਰ ਨਿਵਾਏ ਤਹ ਬੰਧਨ ਕਰੇ। ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਅਟਲ ਰਾਏ ਜੀ ਖੜੇ ਸਨ, ਉਸੇ ਵੇਲੇ ਸਿਰ ਨਵਾ ਕੇ ਦੁਬਾਰਾ ਫੇਰ ਵੰਦਨਾ ਕੀਤੀ, ਨਮਸਕਾਰ ਕੀਤੀ। ਹਟ ਤਿਉ ਨਹੀਂ ਪੀਠ ਦਿਖਰਾਈ, ਪਾਛਲ ਪਾਇਨ ਚਲ ਸਹਿਸਾਈ। ਪਿਛਾਂ ਨੂੰ ਮੁੜਨ ਲੱਗੇ ਨੇ ਪਰ ਸਤਿਗੁਰਾਂ ਦੇ ਵੱਲ ਪਿੱਛਾ ਨਹੀਂ ਕੀਤਾ, ਪਿਛਲੇ ਪੈਰੀ ਹੀ ਚੱਲ ਕੇ ਕਾਲੀ ਦੇ ਨਾਲ ਪਿਛਾਂ ਹਟੇ। ਨਹੀਂ ਨਕੇਤ ਗਮਨ ਕੋ ਕੀਨਾ, ਸੁਣਿਓ ਨਾ ਕਿਛੂ ਨਹੀਂ ਕਹਿਓ ਪਰਵੀਨਾ। ਕਵੀ ਜੀ ਲਿਖਦੇ ਨੇ ਕਿ ਮਿਲ ਕੇ ਸਤਿਗੁਰਾਂ ਨੂੰ ਆਪਣੇ ਘਰ ਦੇ ਵੱਲ ਨਹੀਂ ਗਏ, ਨਾ ਕਿਸੇ ਨੂੰ ਕੁਝ ਆਖਿਆ ਤੇ ਨਾ ਹੀ ਕਿਸੇ ਨੂੰ ਕੁਝ ਜ਼ਾਹਰ ਕੀਤਾ। ਧਰੇ ਮੌਣ ਕੌਲਾਂ ਕੇ ਤਾਲ, ਪ੍ਰਾਪਤ ਪਏ ਜਾਏ ਤਤਕਾਲ। ਚੁੱਪ ਨੂੰ ਧਾਰਨ ਕਰੀ ਰੱਖਿਆ ਤੇ ਜਿੱਥੇ ਕੌਲਸਰ ਸਰੋਵਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਸੀ ਕੌਲਾਂ ਦੇ ਨਾਂ ਦੇ ਉੱਤੇ, ਉਸ ਕੌਲਸਰ ਸਰੋਵਰ ਦੇ ਕਿਨਾਰੇ ਦੇ ਉੱਤੇ ਪਹੁੰਚ ਗਏ। ਤਹ ਸ਼ਨਾਨ ਕਰ ਜਪ ਜੀ ਪਾਠ, ਦਰਬ ਡਸਾਏ ਸੋ ਆਸਣ ਠਾਣ। ਉਸ ਸਰੋਵਰ ਦੇ ਵਿੱਚ ਪਹਿਲਾਂ ਅਟਲ ਰਾਏ ਨੇ ਇਸ਼ਨਾਨ ਕੀਤਾ ਹੈ, ਫਿਰ ਕਿਨਾਰੇ ਤੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਇਸ ਤੋਂ ਬਾਅਦ ਦੱਬ ਦਾ ਜਿਹੜਾ ਆਸਣ ਸੀ ਨਾ ਉਸ ਨੂੰ ਥੱਲੇ ਵਿਛਾ ਦਿੱਤਾ। ਕਰ ਖੂੰਡੀ ਸਿਰ ਨੀਚੇ ਤਰਕੈ, ਬਸਤਰ ਸਰੀਰ ਅੱਛਾ ਦਿਓ ਪਰਕੈ। ਉਸ ਦੱਬ ਦੇ ਆਸਣ ਦੇ ਉੱਤੇ ਲੰਮੇ ਪੈ ਗਏ ਨੇ ਅਟਲ ਰਾਏ ਜੀ, ਆਪਣੇ ਹੱਥ ਦੇ ਵਿੱਚ ਜਿਹੜੀ ਖੁੰਡੀ ਫੜੀ ਹੋਈ ਸੀ ਉਸ ਨੂੰ ਲਾਗੇ ਧਰਤੀ ਦੇ ਉੱਤੇ ਰੱਖ ਦਿੱਤਾ। ਇੱਕ ਕੱਪੜੇ ਦੇ ਨਾਲ ਆਪਣੇ ਸਾਰੇ ਸਰੀਰ ਨੂੰ ਅਟਲ ਰਾਏ ਨੇ ਢੱਕ ਲਿਆ। ਤਤ ਸ਼ਿਨ ਤਨ ਕੋ ਤਿਆਗ ਸਿਧਾਰੇ, ਜਿਉ ਉਧਾਰ ਨਰ ਕਰ ਤਿਣ ਡਾਰੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਤ ਸ਼ਿਨ ਹੀ ਆਪਣੇ ਸਰੀਰ ਨੂੰ ਛੱਡ ਗਏ ਨੇ ਅਟਲ ਰਾਏ ਜੀ, ਜਿਉਂ ਉਧਾਰ ਨਰ ਕਰ ਤ੍ਰਿਣ ਡਾਰੇ। ਇੰਨੇ ਸੌਖੇ ਤਰੀਕੇ ਦੇ ਨਾਲ ਆਪਣੇ ਪ੍ਰਾਣਾਂ ਨੂੰ ਤਿਆਗਿਆ ਹੈ ਅਟਲ ਰਾਏ ਨੇ ਕਿ ਜਿਵੇਂ ਕੋਈ ਮਨੁੱਖ ਆਮ ਤੀਲੇ ਨੂੰ ਥੱਲੇ ਸੁੱਟ ਦਿੰਦਾ ਹੈ, ਤੀਲਾ ਕੋਈ ਕੀਮਤੀ ਨਹੀਂ ਹੁੰਦਾ, ਜਿੱਥੇ ਮਰਜ਼ੀ ਸੁੱਟਿਆ ਜਾ ਸਕਦਾ ਹੈ, ਇਸੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਸਰੀਰ ਨੂੰ ਛੱਡਿਆ। ਤਜ ਸੁਖੇਨ ਤਨ ਬੈਕੁੰਠ ਗਏ, ਜਹ ਮਦ ਕਾਮ ਕ੍ਰੋਧ ਨਹੀਂ ਪਏ। ਬੜੇ ਸੁਖੈਨ ਤਰੀਕੇ ਦੇ ਨਾਲ, ਸੌਖੇ ਤਰੀਕੇ ਦੇ ਨਾਲ ਸਰੀਰ ਨੂੰ ਛੱਡ ਕੇ ਬੈਕੁੰਠਾਂ ਦੇ ਵਿੱਚ ਉਹਨਾਂ ਦੀ ਜੀਵ ਆਤਮਾ ਪਹੁੰਚੀ। ਕਵੀ ਜੀ ਲਿਖਦੇ ਨੇ ਜਹ ਮਦ ਕਾਮ ਕ੍ਰੋਧ ਨਹੀਂ ਪਏ। ਉਹ ਐਸੀ ਜਗ੍ਹਾ ਹੈ ਜਿੱਥੇ ਕੋਈ ਮਦ ਨਹੀਂ ਹੈ, ਕੋਈ ਹੰਕਾਰ ਨਹੀਂ ਹੈ, ਜਿੱਥੇ ਕਾਮ ਨਹੀਂ ਹੈ, ਜਿੱਥੇ ਕ੍ਰੋਧ ਨਹੀਂ ਹੈ, ਭਾਵ ਕਿ ਜਿੱਥੇ ਕੋਈ ਵਿਕਾਰ ਹੈ ਹੀ ਨਹੀਂ, ਉੱਥੇ ਪਹੁੰਚ ਗਏ। ਉੱਤਮ ਪਦ ਮੈਂ ਜਾਇ ਸਮਾਏ, ਜਿਸ ਕੋ ਜੋਗੀ ਜਨ ਨਿਤ ਧਿਆਏ। ਐਸੇ ਉੱਤਮ ਪਦ ਦੀ ਜਾ ਕੇ ਪ੍ਰਾਪਤੀ ਕੀਤੀ ਹੈ, ਐਸੇ ਉੱਤਮ ਪਦ ਦੇ ਵਿੱਚ ਜਾ ਕੇ ਸਮਾਏ ਨੇ, ਜਿਹਨੂੰ ਜੋਗੀ ਮੁਨੀ ਧਿਆਨ ਧਾਰਨ ਕਰਕੇ ਲੋਚਦੇ ਨੇ, ਐਸੀ ਪਰਮ ਪਦਵੀ ਦੇ ਵਿੱਚ ਜਾ ਪਹੁੰਚੇ। ਇਸ ਤਰੀਕੇ ਦੇ ਨਾਲ ਉਸ ਵੇਲੇ ਅਟਲ ਰਾਏ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਇੰਜ ਬਿਆਨ ਕਰਦੇ ਨੇ।
ਗੁਰੂ ਪਿਤਾ ਜੀ ਦੇ ਦਿਲ ਰੰਜ ਹੋਇਆ, ਸਾਡਾ ਕੰਮ ਏ ਉਹਨਾਂ ਨੂੰ ਪਾਇਆ ਨਾ। ਮਨ ਵਿੱਚ ਕੁਝ ਹੋਰ ਹੀ ਠਾਣ ਲਈ, ਅੱਗੋਂ ਪਰਤ ਕੇ ਬਚਨ ਸੁਣਾਇਆ ਨਾ। ਨਮਸਕਾਰ ਕਰਕੇ ਉਥੋਂ ਚਲੇ ਗਏ, ਜਾਂਦੇ ਹੋਇਆਂ ਨੂੰ ਗੁਰਾਂ ਬੁਲਾਇਆ ਨਾ। ਖੁੰਡੀ ਫੜ ਚੁੱਪ ਕੀਤਿਆਂ ਨਿਕਲ ਗਏ, ਕਿਸੇ ਮੁੰਡੇ ਦੇ ਤਾਈ ਜਿਤਾਇਆ ਨਾ। ਕੌਲ ਸਰ ਦੇ ਚੜਦੇ ਵੱਲ ਜਾ ਕੇ ਲੰਮੇ ਪੈ ਗਏ, ਚਿੱਤ ਡੁਲਾਇਆ ਨਾ। ਚਾਦਰ ਤਾਣ ਸੌ ਗਏ ਕਰਤਾਰ ਸਿੰਘਾ, ਮੁੜ ਪਰਤ ਕੇ ਅੰਗ ਹਿਲਾਇਆ ਨਾ। ਚਾਦਰ ਤਾਣ ਕੇ ਪੈ ਗਏ, ਸਰੀਰ ਨੂੰ ਤਿਆਗ ਦਿੱਤਾ, ਫਿਰ ਕੋਈ ਵੀ ਅੰਗ, ਕਵੀ ਜੀ ਲਿਖਦੇ ਨੇ, ਨਾ ਹਿਲਾਇਆ। ਦਾਸ ਰਹਿਓ ਦੇਖਤ ਤਿਸ ਥਾਨ, ਨਾਹਿਨ ਜਾਨੀ ਤਿਆਗਤ ਪ੍ਰਾਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਇੱਕ ਦਾਸ ਵੀ ਅਟਲ ਰਾਏ ਦੇ ਲਾਗੇ ਸੀ, ਪਰ ਮਾਨੋ ਕਿ ਦਾਸ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਕੀ ਕਰਨ ਜਾ ਰਹੇ ਨੇ, ਕੌਤਕ ਕੋਈ ਕਰ ਰਹੇ ਹੋਣਗੇ। ਇਸ ਤਰ੍ਹਾਂ ਦਾਸ ਨੇ ਸਮਝਿਆ ਤੇ ਦਾਸ ਦੇ ਦੇਖਦਿਆਂ ਦੇਖਦਿਆਂ ਹੀ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ। ਜਬ ਮ੍ਰਿਤ ਭਇਓ ਦੇਖ ਬਿਸਮਾਇਓ, ਦੌਰਤ ਗੁਰੂ ਸੋ ਜਾਏ ਬਤਾਇਓ। ਪਰ ਜਦੋਂ ਸਰੀਰ ਛੱਡ ਗਏ, ਉਸ ਤੋਂ ਬਾਅਦ ਇਸ ਕੌਤਕ ਦੀ ਦਾਸ ਨੂੰ ਸਮਝ ਲੱਗੀ, ਜਾ ਕੇ ਵੇਖਿਆ ਕਿ ਮਰ ਗਏ ਨੇ, ਬੜਾ ਹੈਰਾਨ ਹੋਇਆ ਤੇ ਦੌੜਦਾ ਹੋਇਆ ਫਿਰ ਦਾਸ ਅਟਲ ਰਾਏ ਦਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ। ਥੇਰੇ ਜਾਏ ਤਟ ਕੌਲਾਂ ਤਾਲ, ਤਨ ਕੋ ਤਿਆਗ ਗਏ ਤਤ ਕਾਲ। ਦਾਸ ਨੇ ਆਣ ਕੇ ਸਤਿਗੁਰਾਂ ਨੂੰ ਖਬਰ ਦਿੱਤੀ ਕਿ ਸੱਚੇ ਪਾਤਸ਼ਾਹ ਅਟਲ ਰਾਏ ਜੀ ਕੌਲਸਰ ਸਰੋਵਰ ਦੇ ਕਿਨਾਰੇ ਤੇ ਚਲੇ ਗਏ, ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਉਸ ਦੇ ਕਿਨਾਰੇ ਦੇ ਉੱਤੇ ਹੀ ਉਹਨਾਂ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਆਣ ਕੇ ਉਸਨੇ ਖਬਰ ਦਿੱਤੀ। ਦਾਸ ਆਣ ਕੇ ਦੱਸਿਆ ਗੁਰੂ ਜੀ ਨੂੰ, ਸੋਮਾ ਦੁੱਖਾਂ ਦਾ ਡਿੱਠਾ ਮੈਂ ਫੁੱਟਾ ਹੋਇਆ, ਕੌਲਸਰ ਦੇ ਪਾਰਲੇ ਪਿਆ ਕੰਡੇ ਫਲ ਆਪ ਦੀ ਟਾਣੀ ਦਾ ਟੁੱਟਾ ਹੋਇਆ। ਤੋੜ ਫੁੱਲ ਗੁਲਾਬ ਦਾ ਸੁੱਟ ਦਿੱਤਾ, ਤੋੜ ਫੁੱਲ ਗੁਲਾਬ ਦਾ ਸੁੱਟ ਦਿੱਤਾ, ਜ਼ੋਰ ਮੌਤ ਹਨੇਰੀ ਪਰੋਤਾ ਹੋਇਆ। ਛੋਟਾ ਸਾਹਿਬ ਜ਼ਾਦਾ ਕਰਤਾਰ ਸਿੰਘਾ, ਚਾਦਰ ਤਾਣ ਕੇ ਸਦਾ ਲਈ ਸੁੱਤਾ ਹੋਇਆ। ਦਾਸ ਕਹਿੰਦਾ, ਸੱਚੇ ਪਾਤਸ਼ਾਹ ਤੁਹਾਡਾ ਛੋਟਾ ਸਾਹਿਬਜ਼ਾਦਾ ਚਾਦਰ ਤਾਣ ਕੇ ਸਦਾ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ, ਭਾਵ ਕਿ ਉਹ ਮਰ ਗਏ। ਸੁਣ ਸੁਧ ਉੱਠੇ ਗਰੀਬ ਨਿਵਾਜ, ਚਲੇ ਤਹਾਂ ਸੰਗ ਸਿੱਖ ਸਮਾਜ। ਕਵੀ ਜੀ ਲਿਖਦੇ ਨੇ, ਖਬਰ ਨੂੰ ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਗਰੀਬ ਨਿਵਾਜ ਨੇ, ਉਹ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਜਾਣ ਦੇ ਵਾਸਤੇ ਤਿਆਰ ਹੋਏ। ਗਈ ਸਦਨ ਸੁਧ ਸੁਣ ਕਰ ਮਾਤਾ, ਸਭ ਰੋਦਤ ਛੋਰਤ ਜਲ ਤਾਤਾ। ਇਸ ਤੋਂ ਇਲਾਵਾ ਦੂਸਰੇ ਪਾਸੇ ਜਦੋਂ ਮਹਿਲਾਂ ਦੇ ਵਿੱਚ ਅਟਲ ਰਾਏ ਦੀ ਮੌਤ ਦੀ ਖਬਰ ਪਹੁੰਚੀ ਹੈ ਮਾਤਾਵਾਂ ਦੇ ਕੋਲ, ਸਭ ਰੋਦਤ ਛੋਰਤ ਜਲ ਤਾਤਾ। ਕਵੀ ਜੀ ਲਿਖਦੇ ਨੇ, ਸਾਰਿਆਂ ਨੇ ਮਾਨੋ ਕਿ ਅੱਖਾਂ ਦੇ ਵਿੱਚੋਂ ਤੱਤਾ ਜਲ ਵਹਾਇਆ ਹੈ।
ਕਿਉਂਕਿ ਹੰਝੂਆਂ ਦਾ ਪਾਣੀ ਗਰਮ ਹੁੰਦਾ। ਕਹਿੰਦੇ ਨੇ ਸਾਰਿਆਂ ਨੇ ਹੰਝੂ ਕੇਰੇ। ਮਾਤ ਨਾਨਕੀ ਮਹਿਤ ਪੁਕਾਰੀ, ਕਹਾਂ ਕਰਿਓ ਹੇ ਸੁਤ ਅਵਤਾਰੀ। ਸਾਰਿਆਂ ਤੋਂ ਜ਼ਿਆਦਾ ਮਾਤਾ ਨਾਨਕੀ ਜੀ ਰੋਏ ਨੇ, ਕਿਉਂਕਿ ਉਹਨਾਂ ਦਾ ਪੁੱਤਰ ਹੈ ਅਟਲ ਰਾਏ। ਕਹਾਂ ਕਰਿਓ ਹੇ ਸੁਤ ਅਵਤਾਰੀ, ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਹੇ ਮੇਰੇ ਅਵਤਾਰੀ ਪੁੱਤਰ, ਇਹ ਤੂੰ ਕੀ ਕੀਤਾ। ਮ੍ਰਿਤਕ ਜੀਵਾਮਣ ਸਮਰਥ ਤੇਰੀ, ਪਿਤ ਬਚ ਤੇ ਕਿਤ ਗਾਇਸ ਬੇਰੀ। ਨਾਨਕੀ ਜੀ ਕਹਿੰਦੇ ਨੇ ਕਿ ਮਰਿਆਂ ਨੂੰ ਜਿਵਾਉਣ ਦੀ ਤੇਰੇ ਵਿੱਚ ਪੁੱਤਰ ਸਮਰੱਥਾ ਸੀ, ਪਰ ਤੂੰ ਪਿਤਾ ਦੇ ਬਚਨ ਕਹਿਣ ਦੇ ਉੱਤੇ ਆਪ ਹੀ ਇਸ ਸਰੀਰ ਨੂੰ ਛੱਡ ਕੇ ਕਿੱਥੇ ਚਲਾ ਗਿਆ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਾਰਿਆਂ ਨੇ ਬਹੁਤ ਜ਼ਿਆਦਾ ਗਮ ਕੀਤਾ। ਇੰਜ ਵਾਪਰੇ, ਇੱਕਦਮ ਫੈਲੀ ਗੱਲ ਚੱਕ ਅੰਦਰ, ਜਿੰਨਾ ਸੁਣਿਆ ਹੋ ਬੇਜ਼ਾਰ ਰੋਏ। ਇਹ ਕੀ ਪਿਆ ਲੋੜਾ, ਇਹ ਕੀ ਗਜ਼ਬ ਹੋਇਆ, ਦੁਖੀ ਹੋ ਸਾਰੇ ਨਰ ਨਾਰ ਰੋਏ। ਅਜੇ ਖੱਤਰੀ ਦੇ ਘਰੋਂ ਹੁਣੇ ਆਏ, ਪਈ ਮੌਤ ਕਿੱਥੋਂ ਜ਼ਾਰੋ ਜ਼ਾਰ ਰੋਏ। ਮਹਿਲਾਂ ਵਿੱਚ ਉਸੇ ਵੇਲੇ ਖਬਰ ਹੋ ਗਈ, ਵੀਰ ਭੈਣ ਸਾਰੇ ਭੁੱਬਾਂ ਮਾਰ ਰੋਏ। ਮਾਤਾ ਨਾਨਕੀ ਸਣੇ ਪਰਿਵਾਰ ਰੁਨਾ, ਹੋ ਕੇ ਸਿੱਖ ਸੇਵਕ ਦੁਖਿਆਰ ਰੋਏ। ਗੁਰੂ ਮਹਿਲਾਂ ਅੰਦਰ ਹਾਹਾਕਾਰ ਮੱਚੀ, ਸਾਰੇ ਨਗਰ ਵਾਸੀ ਆਂਸੂ ਢਾਰ ਰੋਏ। ਹੋਈ ਗੱਲ ਵੀ ਬੜੀ ਅਚੰਬੇ ਵਾਲੀ, ਹੋ ਹੈਰਾਨ ਲੋਕੀ ਬੇਸੰਭਾਰ ਰੋਏ। ਰੁਣੇ ਸਭ ਹੀ ਲੋਕ ਕਰਤਾਰ ਸਿੰਘਾ, ਡਾਂਡੇ ਦੁਖੀ ਹੋ ਬਾਬੇ ਦੇ ਯਾਰ ਰੋਏ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਸਾਰੇ ਲੋਕ ਰੋਏ ਨੇ। ਇਸ ਤੋਂ ਇਲਾਵਾ ਅਟਲ ਰਾਏ ਜੀ ਦੇ ਜਿਹੜੇ ਮਿੱਤਰ ਦੋਸਤ ਨੇ, ਉਹ ਵੀ ਭੁੱਬਾਂ ਮਾਰ ਮਾਰ ਕੇ ਬਹੁਤ ਰੋਏ। ਸਭ ਪਰਿਵਾਰ ਗੁਰੂ ਕੋ ਆਇਓ, ਤਹ ਮਿਲ ਰੋਦਨ ਸ਼ਬਦ ਉਠਾਇਓ। ਸਾਰਾ ਗੁਰੂ ਜੀ ਦਾ ਪਰਿਵਾਰ ਮਿਲ ਕੇ ਉੱਥੇ ਪਹੁੰਚਿਆ ਹੈ ਜਿੱਥੇ ਕਿ ਮਰੇ ਪਏ ਨੇ ਅਟਲ ਰਾਏ ਜੀ, ਤੇ ਰੋਣ ਦਾ ਸ਼ਬਦ ਬਹੁਤ ਉੱਚੀ ਉਠਾਇਆ। ਸੁਣ ਸੁਧ ਬਹੁ ਨਰ ਨਾਰ ਸਮੇਤਾ, ਹੇਰਿਓ ਅਵਨੀ ਪਰਿਓ ਅਚੇਤਾ। ਖਬਰ ਨੂੰ ਸੁਣ ਕੇ ਹੋਰ ਵੀ ਬਹੁਤ ਸਾਰੇ ਇਸਤਰੀਆਂ ਪੁਰਸ਼ ਉੱਥੇ ਆਣ ਕੇ ਇਕੱਠੇ ਹੋ ਗਏ ਨੇ। ਸਾਰਿਆਂ ਨੇ ਧਰਤੀ ਦੇ ਉੱਤੇ ਅਚੇਤ ਪਏ ਹੋਏ ਅਟਲ ਰਾਏ ਦੇ ਸਰੀਰ ਨੂੰ ਵੇਖਿਆ। ਸਕਲ ਕਰੇ ਬਿਰਲਾ ਪਕਨੇਰੇ, ਗੁਰੂ ਦੇਤ ਧੀਰਜ ਤਿਸ ਬੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੇ ਵਿਰਲਾਪ ਕਰਦੇ ਨੇ, ਸਾਰੇ ਰੋਂਦੇ ਨੇ, ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਧੀਰੇ ਦੇਣ ਦਾ ਇਸ ਤਰੀਕੇ ਦੇ ਨਾਲ ਯਤਨ ਕਰਦੇ ਨੇ। ਉੱਠ ਗੁਰੂ ਜੀ ਸ੍ਰੀ ਅਕਾਲ ਤਖਤੋਂ, ਜਿੱਥੇ ਦੇ ਪਈ ਉੱਥੇ ਜਾਵਦੇ ਨੇ। ਪੁੱਤ ਲਾਡਲਾ ਸੌ ਗਿਆ ਨੀਂਦ ਗਾੜੀ, ਵੇਖ ਸ਼ੁਕਰ ਕਰਤਾਰ ਮਨਾਵਦੇ ਨੇ। ਇਹਨੇ ਚਿਰ ਨੂੰ ਪਹੁੰਚ ਪਰਵਾਰ ਗਿਆ, ਵੀਰੋ ਸਣੇ ਭਰਾ ਸਭ ਆਮਦੇ ਨੇ। ਵੇਖ ਵੀਰ ਨੂੰ ਲੇਟਿਆ ਧਰਤੀ ਉੱਤੇ, ਚੁੱਕ ਚੁੱਕ ਕੇ ਗਲੇ ਲਗਾਵਦੇ ਨੇ।
ਸ੍ਰੀ ਨਾਨਕੀ ਹੋ ਬੇਸੁੱਧ ਡਿੱਗੀ, ਦੁੱਖ ਪੁੱਤਾਂ ਦੇ ਕਾਲਜੇ ਖਾਮਦੇ ਨੇ, ਕਰੁਣਾ ਰਸ ਨੇ ਆਏ ਨਿਵਾਸ ਕੀਤਾ, ਪਸ਼ੂ ਪੰਛੀ ਵੀ ਨੀਰ ਵਹਾਮਦੇ ਨੇ। ਸੋਹਣੀ ਸੂਰਤ ਪਈ ਲੁਸ ਲੁਸ ਕਰਦੀ, ਇਹ ਕੀ ਹੋ ਗਿਆ ਲੋਕ ਸੁਣਾਮਦੇ ਨੇ, ਜਾਣੀ ਜਾਣ ਸਤਿਗੁਰੂ ਕਰਤਾਰ ਸਿੰਘਾ, ਧੀਰਜ ਸਭ ਦੇ ਤਾਈ ਤਰਾਮਦੇ ਨੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਾਣੀ ਜਾਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਧੀਰੇ ਦੇਣ ਦਾ ਯਤਨ ਕਰਦੇ ਨੇ। ਦੇਵ ਗਤੀ ਐਸੇ ਹੀ ਜਾਣੋ, ਨਹੀਂ ਕਿਸ ਬਸ ਮੈਂ ਬਲੀ ਮਹਾਨੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਕਹਿੰਦੇ ਨੇ ਕਿ ਦੇਵ ਗਤੀ ਨੂੰ ਐਸਾ ਹੀ ਜਾਣੋ, ਨਹੀਂ ਕਿਸ ਬਸ ਮੈਂ ਬਲੀ ਮਹਾਨੋ। ਸਤਿਗੁਰੂ ਜੀ ਕਹਿੰਦੇ ਨੇ ਇਹ ਬੜੀ ਬਲੀ ਹੈ, ਇਹ ਬੜੀ ਤਾਕਤ ਵਾਲੀ ਹੈ, ਜਿਹੜੀ ਕਿ ਕਿਸੇ ਦੇ ਵਸ ਦੇ ਵਿੱਚ ਵੀ ਨਹੀਂ ਆਉਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਸਾਰਿਆਂ ਨੂੰ ਧੀਰੇ ਦਿੰਦੇ ਨੇ। ਗੁਰਾਂ ਆਖਿਆ ਸ਼ੋਕ ਨੂੰ ਛੱਡ ਦੇਵੋ, ਮਿੱਠਾ ਕਰਕੇ ਪਾਣਾ ਕਰਤਾਰ ਮੰਨੋ, ਸਾਡੇ ਪਾਸ ਅਮਾਨਤ ਰਾਮ ਦੀ ਸੀ, ਉਹਦੇ ਹੁਕਮ ਨੂੰ ਕਰ ਸਤਕਾਰ ਮੰਨੋ। ਇਸੇ ਤਰ੍ਹਾਂ ਹੀ ਚਾਲ ਸੰਸਾਰ ਦੀ ਏ, ਭਾਣੇ ਵਿੱਚ ਹੋਈ ਸਾਰੀ ਕਾਰ ਮੰਨੋ, ਕਰੋ ਦਾਹ ਤਿਆਰੀ ਕਰਤਾਰ ਸਿੰਘਾ, ਜਨਮ ਮਰਨ ਤੋਂ ਇਹਨਾਂ ਨੂੰ ਬਾਰ ਮੰਨੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜੋ ਵੀ ਕੁਝ ਹੋਇਆ ਹੈ ਇਹ ਪਰਮੇਸ਼ਰ ਦੇ ਭਾਣੇ ਦੇ ਵਿੱਚ ਹੋਇਆ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸੋਗ ਨੂੰ ਛੱਡ ਦਿਓ ਤੇ ਹੁਣ ਇਹਦੇ ਮ੍ਰਿਤਕ ਸਰੀਰ ਦੇ ਸੰਸਕਾਰ ਦੀ ਤਿਆਰੀ ਕਰੋ। ਚੰਦਨ ਕੇ ਬਹੁ ਭਾਰ ਮੰਗਾਏ, ਕਰਤ ਪਏ ਸੰਸਕਾਰ ਤਿਥਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੰਦਨ ਦੀ ਬਹੁਤ ਸਾਰੀ ਲੱਕੜ ਮੰਗਵਾਈ ਗਈ ਹੈ, ਚੰਦਨ ਦੀ ਚਿਖਾ ਬਣਾ ਕੇ ਉਸ ਚਿਖਾ ਦੇ ਵਿੱਚ ਅਟਲ ਰਾਏ ਦੇ ਮ੍ਰਿਤਕ ਸਰੀਰ ਨੂੰ ਰੱਖਿਆ ਗਿਆ ਤੇ ਫਿਰ ਇਸ ਤਰੀਕੇ ਦੇ ਨਾਲ ਉਹਨਾਂ ਦਾ ਸੰਸਕਾਰ ਉੱਥੇ ਕਰ ਦਿੱਤਾ ਗਿਆ। ਅੰਤ ਹੋਰ ਕੀ ਹੋਵਣੀ ਗੱਲ ਹੈ ਸੀ, ਦੇ ਚੁੱਕ ਨੁਲਾਈ ਤੁਲਾਈ ਗਈ, ਚਿਖਾ ਉਸੇ ਹੀ ਥਾਂ ਬਣਾ ਕਰਕੇ ਉੱਪਰ ਕਰ ਅਰਦਾਸ ਰਖਾਈ ਗਈ। ਲੋਕ ਸਣੇ ਪਰਿਵਾਰ ਦੇ ਰੋ ਰਹੇ, ਵਾਹਿਗੁਰੂ ਕੈ ਅਗਨ ਲਗਾਈ ਗਈ, ਦੇ ਜਲ ਹੋਈ ਖਾਕ ਕਰਤਾਰ ਸਿੰਘਾ, ਸਾਖੀ ਥੋੜੇ ਦੇ ਵਿੱਚ ਮੁਕਾਈ ਗਈ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਸਾਖੀ ਬਹੁਤ ਵੱਡੀ ਹੈ ਪਰ ਥੋੜੇ ਦੇ ਵਿੱਚ ਹੀ ਮੁਕਾ ਦਿੱਤੀ। ਇਸ ਤਰੀਕੇ ਦੇ ਨਾਲ ਅਟਲ ਰਾਏ ਦੇ ਮ੍ਰਿਤਕ ਸਰੀਰ ਦਾ ਉੱਥੇ ਹੀ ਸੰਸਕਾਰ ਕਰ ਦਿੱਤਾ ਗਿਆ। ਭਾਣੇ ਬਚਨ ਤੇ ਜਿਨ ਤਨ ਤਿਆਗਾ, ਦੀਨ ਸਬਰ ਕਰ ਸੁਤ ਅਨੁਰਾਗਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨ ਕਹਿਣ ਦੇ ਉੱਤੇ ਜਿਨ੍ਹਾਂ ਨੇ ਸਰੀਰ ਨੂੰ ਤਿਆਗ ਦਿੱਤਾ, ਐਸੇ ਅਟਲ ਰਾਏ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਵੇਲੇ ਵਰਦਾਨ ਦਿੱਤੇ। ਰਾਮਦਾਸਪੁਰ ਬਸੈ ਬਡੇਰਾ, ਸਗਰੇ ਮਾਣ ਕਰੇਂਗੇ ਤੇਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਇਹ ਜੋ ਰਾਮਦਾਸਪੁਰਾ ਹੈ, ਅੰਮ੍ਰਿਤਸਰ ਨੂੰ ਹੀ ਰਾਮਦਾਸਪੁਰਾ ਆਖਿਆ ਜਾਂਦਾ ਹੈ। ਕਹਿੰਦੇ ਨੇ ਕਿ ਜੋ ਰਾਮਦਾਸਪੁਰਾ ਹੈ ਇਹ ਬਹੁਤ ਚਿਰ ਤੱਕ ਇਸੇ ਤਰੀਕੇ ਦੇ ਨਾਲ ਵੱਡਾ ਵਸਦਾ ਰਹੇਗਾ। ਸਗਰ ਕਰੇਗੇ ਮਾਣ ਤੇਰਾ, ਹੇ ਪੁੱਤਰ ਅਟਲ ਰਾਏ, ਸਾਰੇ ਲੋਕ ਤੇਰਾ ਮਾਣ ਕਰਿਆ ਕਰਨਗੇ। ਇੱਕ ਹਰਿ ਮੰਦਰ ਕੀ ਹੋਏ ਪੂਜਾ, ਪੁਣ ਪੂਜੇ ਤੇਰੋ ਥਲ ਦੂਜਾ। ਉਸ ਵੇਲੇ ਸਤਿਗੁਰਾਂ ਨੇ ਇਹ ਵਰਦਾਨ ਦਿੱਤਾ ਕਿ ਜਿਸ ਤਰ੍ਹਾਂ ਇੱਕ ਪਾਸੇ ਹਰੀ ਮੰਦਰ ਦੀ ਪੂਜਾ ਹੁੰਦੀ ਹੈ, ਇਸੇ ਤਰੀਕੇ ਦੇ ਨਾਲ ਹੇ ਪੁੱਤਰ ਅਟਲ ਰਾਏ, ਤੇਰੀ ਇਸ ਜਗ੍ਹਾ ਦੀ ਵੀ ਪੂਜਾ ਹੋਇਆ ਕਰੇਗੀ। ਸਭ ਨਰ ਨਾਰੀ ਮਨ ਤੋਹੀ, ਦਰਸ ਪੂਰ ਕਾਮਨਾ ਹੋਈ। ਸਤਿਗੁਰਾਂ ਨੇ ਵਰਦਾਨ ਦਿੱਤਾ ਕਿ ਸਾਰੇ ਇਸਤਰੀਆਂ ਪੁਰਸ਼ੇ ਇਸੇ ਤਰੀਕੇ ਦੇ ਨਾਲ ਤੇਰੀ ਮਾਨਤਾ ਕਰਦੀਆਂ ਰਹਿਣਗੀਆਂ। ਜਿਹੜਾ ਵੀ ਇਸ ਜਗ੍ਹਾ ਦਾ ਆਣ ਕੇ ਦਰਸ਼ਨ ਕਰੇਗਾ ਉਹਦੇ ਮਨ ਦੀਆਂ ਕਾਮਨਾਵਾਂ ਪੂਰਨ ਹੋਣਗੀਆਂ। ਮੰਦਰ ਕੰਚਨ ਕੇ ਹੋਏ ਸਨ, ਸਭ ਤੇ ਉੱਚ ਅਦਕ ਹੀ ਬਣ। ਤੇਰੀ ਯਾਦਗਾਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਮੰਦਰ ਬਣੇਗਾ ਜਿਹਦੇ ਉੱਤੇ ਸੋਨਾ ਲੱਗਾ ਹੋਵੇਗਾ, ਸਭ ਤੇ ਉੱਚ ਅਦਕ ਹੀ ਬਣੇ, ਸਾਰਿਆਂ ਤੋਂ ਉਹ ਇਮਾਰਤ ਉੱਚੀ ਹੋਵੇਗੀ। ਜੀਵਤ ਇਤੇ ਨਹੀਂ ਬਿਦ ਤਾਵੈ, ਜਿਤੋ ਜਗਤ ਮੈਂ ਤੂੰ ਪ੍ਰਗਟਾਵੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਹੇ ਅਟਲ ਰਾਏ, ਆਪਣੇ ਜਿਉਂਦਿਆਂ ਜੀ ਤੂੰ ਇੰਨਾ ਪ੍ਰਗਟ ਨਹੀਂ ਹੋਇਆ, ਜਿੰਨਾ ਕਿ ਮਰਨ ਤੋਂ ਬਾਅਦ ਤੂੰ ਜ਼ਿਆਦਾ ਪ੍ਰਗਟ ਹੋਵੇਂਗਾ। ਇਸ ਪੁਰ ਕੋ ਸੂਬਾ ਬੜ ਹੋਇਓ, ਤੋ ਸਮ ਨਹੀਂ ਪ੍ਰਤਾਪ ਕਿਸ ਜੋਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਮਾਨੋ ਕਿ ਇਸ ਪੁਰੀ ਦਾ ਸੂਬਾ ਹੋ ਗਿਆ ਹੈ, ਸੂਬੇਦਾਰ ਬਣ ਗਿਆ ਹੈ, ਤੋ ਸਮ ਨਹੀਂ ਪ੍ਰਤਾਪ ਕਿਸ ਜੋਇਓ, ਤੇਰੇ ਪ੍ਰਤਾਪ ਵਰਗਾ ਕਿਸੇ ਦੇ ਵਿੱਚ ਕੋਈ ਪ੍ਰਤਾਪ ਨਹੀਂ। ਇਸ ਗ੍ਰੰਥ ਦੀ ਜਿਨ੍ਹਾਂ ਨੇ ਸੰਪਾਦਨਾ ਕੀਤੀ ਹੈ ਉਹ ਲਿਖਦੇ ਨੇ ਕਿ ਹੁਣ ਤੱਕ ਬਾਬੇ ਅਟਲ ਰਾਏ ਜੀ ਦੇ ਦੇਰੇ ਨੂੰ ਲੋਕੀ ਸੂਬੇਦਾਰ ਆਖਦੇ ਹਨ। ਇਸੇ ਤਰੀਕੇ ਦੇ ਨਾਲ ਕਹਿਣ ਤੋਂ ਭਾਵ ਹੈ ਕਿ ਉਸ ਜਗ੍ਹਾ ਨੂੰ ਸੂਬੇਦਾਰ ਆਖਿਆ ਜਾਂਦਾ ਹੈ ਜਿਹੜਾ ਅਟਲ ਰਾਏ ਦਾ ਦੇਰਾ ਹੈ। ਪੁਰਾਣੇ ਕਵੀ ਕਵਿਤਾ ਦੇ ਵਿੱਚ ਵੀ ਇਸੇ ਤਰੀਕੇ ਦਾ ਜ਼ਿਕਰ ਕਰਦੇ ਨੇ। ਇਸ ਤੋਂ ਇਲਾਵਾ ਗੀਤਾਂ ਦੇ ਵਿੱਚ ਵੀ ਰਾਮਦਾਸਪੁਰੇ ਦੇ ਵਿੱਚ ਇਸ ਜਗ੍ਹਾ ਨੂੰ ਕੋਤਵਾਲ ਦੱਸਿਆ ਗਿਆ। ਬਿਧੀ ਚੰਦ ਤਬ ਕਹੇ ਉਹ ਬਣਾਏ, ਥਾਣੇ ਕਾਂਕੀ ਇਹ ਲਖ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਵਰਦਾਨ ਦਿੱਤੇ ਉਸ ਵੇਲੇ ਲਾਗੋਂ ਭਾਈ ਬਿਧੀ ਚੰਦ ਨੇ ਹੱਥ ਜੋੜ ਕੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਥਾਣ ਏਕਾਂਕੀ ਇਹ ਲਖ ਪਾਏ। ਸੱਚੇ ਪਾਤਸ਼ਾਹ, ਇਹ ਤੇ ਜਿਹੜੀ ਜਗ੍ਹਾ ਹੈ ਜਿਹਨੂੰ ਤੁਸੀਂ ਵਰਦਾਨ ਦੇ ਰਹੇ ਹੋ ਇਹ ਤੇ ਬੜੀ ਏਕਾਂਤ ਦੇ ਵਿੱਚ ਹੈ, ਇੱਥੇ ਤੇ ਕੋਈ ਆਮ ਆਦਮੀ ਪਹੁੰਚਦਾ ਹੀ ਨਹੀਂ ਹੈ, ਬੜਾ ਉਜਾੜ ਜਿਹਾ ਇਲਾਕਾ ਹੈ, ਤੇ ਤੁਸੀਂ ਇਸ ਜਗ੍ਹਾ ਦੇ ਬਾਬਤ ਇਹ ਕਹਿ ਰਹੇ ਹੋ। ਨਹੀਂ ਨਿਕਟ ਇਹ ਅਪਰ ਸਥਾਨਾ, ਸੁਣ ਸ੍ਰੀ ਹਰਗੋਬਿੰਦ ਬਖਾਨਾ। ਕਹਿੰਦਾ ਸੱਚੇ ਪਾਤਸ਼ਾਹ, ਨਗਰੀ ਦੇ ਨੇੜੇ ਇਹ ਜਗ੍ਹਾ ਨਹੀਂ ਹੈ, ਇਹ ਉਜਾੜ ਜੀ ਜਗ੍ਹਾ ਹੈ, ਤੇ ਤੁਸੀਂ ਇਸ ਜਗ੍ਹਾ ਨੂੰ ਇਸ ਤਰੀਕੇ ਦਾ ਸਨਮਾਨ ਦੇ ਰਹੇ ਹੋ। ਉਸ ਵੇਲੇ ਇਸ ਤਰੀਕੇ ਦੇ ਨਾਲ ਭਾਈ ਬਿਧੀ ਚੰਦ ਨੇ ਆਖਿਆ। ਲਿਖਿਆ ਵਿੱਚ ਇਤਿਹਾਸ ਦੇ ਇਸੇ ਤਰ੍ਹਾਂ, ਚਿਖਾ ਲੱਗੇ ਸੀ ਜਦੋਂ ਬਣਵਾਣ ਗੁਰਜੀ, ਬਿਧੀ ਚੰਦ ਨੇ
ਬੇਨਤੀ ਤਦੋਂ ਕੀਤੀ, ਇੱਥੇ ਹੈ ਜੰਗਲ ਬਿਆਬਾਨ ਗੁਰਜੀ, ਇੱਥੇ ਕਿਸਨੇ ਆਵਣਾ ਜਾਵਣਾ ਹੈ, ਇੱਥੇ ਕਿਸਨੇ ਆਵਣਾ ਜਾਵਣਾ ਹੈ, ਡਰ ਲੋਕ ਉਜਾੜ ਤੋਂ ਖਾਨ ਗੁਰਜੀ, ਦਾ ਕਰੋ ਨਜ਼ਦੀਕ ਕਰਤਾਰ ਸਿੰਘਾ, ਨੇੜੇ ਨਗਰ ਰਹੇ ਨਿਸ਼ਾਨ ਗੁਰਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਸਤਿਗੁਰਾਂ ਨੂੰ ਭਾਈ ਬਿਧੀ ਚੰਦ ਨੇ ਆਖਿਆ ਸੀ, ਸੱਚੇ ਪਾਤਸ਼ਾਹ ਇੱਥੇ ਜਗ੍ਹਾ ਨਾ ਬਣਾਓ ਇਸ ਦੀ, ਇੱਥੇ ਤੇ ਲੋਕੀ ਦਿਨੇ ਨਹੀਂ ਆਉਂਦੇ, ਇਹ ਤੇ ਉਜਾੜ ਜੀ ਜਗ੍ਹਾ ਹੈ, ਨਗਰੀ ਦੇ ਨੇੜੇ ਹੀ ਇਹਨਾਂ ਦੀ ਜਗ੍ਹਾ ਬਣਨੀ ਚਾਹੀਦੀ ਹੈ। ਉਸ ਵੇਲੇ ਸੁਣ ਸ੍ਰੀ ਹਰਗੋਬਿੰਦ ਬਖਾਨਾ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਸੀ। ਦੁਰਲਭ ਹੋਏ ਪਾਏ ਹੈ ਕੋਈ, ਬ੍ਰਿੰਦ ਮ੍ਰਿਤਕ ਕੋ ਥਲ ਹੋਏ ਸੋਈ। ਸਤਿਗੁਰਾਂ ਨੇ ਬਿਧੀ ਚੰਦ ਨੂੰ ਆਖਿਆ ਕਿ ਦੁਰਲਭ ਜਿਹੜੀ ਦੇਹ ਹੈ ਉਹ ਕਿਸੇ ਨੂੰ ਕਰਮਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਬ੍ਰਿੰਦ ਮ੍ਰਿਤਕ ਕੋ ਥਲ ਹੋਏ ਸੋਈ, ਤੂੰ ਕਹਿੰਦਾ ਇਕੱਲੇ ਦਾ ਇੱਥੇ ਸੰਸਕਾਰ ਕੀਤਾ, ਸਤਿਗੁਰੂ ਜੀ ਕਹਿੰਦੇ ਨੇ ਬਹੁਤਿਆਂ ਦਾ ਇੱਥੇ ਸੰਸਕਾਰ ਹੋਵੇਗਾ। ਜੋ ਇਹ ਠਾਂ ਸ਼ਾਹ ਦਾ ਕਰਾਏ, ਅਟਲ ਰਾਏ ਤੇ ਬਣੇ ਸਹਾਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜਾ ਵੀ ਮ੍ਰਿਤਕ ਦੇਹ ਦਾ ਇੱਥੇ ਸੰਸਕਾਰ ਕਰਿਆ ਕਰੇਗਾ, ਅਟਲ ਰਾਏ ਜੀ ਉਹਦੇ ਸਹਾਇਕ ਬਣਿਆ ਕਰਨਗੇ। ਇਹ ਤੇ ਗੱਲ ਲੋਕਾਂ ਦੇ ਵਿੱਚ ਆਮ ਮਸ਼ਹੂਰ ਸੀ ਕਿ ਅਟਲ ਰਾਏ ਦੇ ਵਿੱਚ ਵੱਡੀਆਂ ਬਰਕਤਾਂ ਸਨ, ਵੱਡੀਆਂ ਕਰਾਮਾਤਾਂ ਸਨ। ਸਤਿਗੁਰਾਂ ਨੇ ਕਹਿ ਦਿੱਤਾ ਕਿ ਜਿਹੜੇ ਵੀ ਮੁਰਦੇ ਦਾ ਇੱਥੇ ਸੰਸਕਾਰ ਹੋਵੇਗਾ, ਅਟਲ ਰਾਏ ਜੀ ਉਹਦੇ ਸਹਾਇਕ ਬਣਨਗੇ। ਇਤਿਆਦਿਕ ਬਾਰ ਕਹਿ ਕਰ ਬ੍ਰਿੰਦ, ਸਭ ਤ੍ਰਿਤ ਦੇ ਸ੍ਰੀ ਹਰਗੋਬਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਹੁਤ ਸਾਰੇ ਸਤਿਗੁਰਾਂ ਨੇ ਵਰਦਾਨ ਦਿੱਤੇ, ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਤੇਰੇ ਦਿੱਤਾ। ਮ੍ਰਿਤਕ ਕਿਰਿਆ ਕਰਵਾਏ ਜੋ ਸਭੈ, ਸ਼ਬਦ ਰਬਾਬੀ ਗਾਇਓ ਤਬੈ। ਸਾਰੀ ਦੀ ਸਾਰੀ ਕਿਰਿਆ ਸੰਪੂਰਨ ਕੀਤੀ ਗਈ, ਇਸ ਤੋਂ ਬਾਅਦ ਰਬਾਬੀਆਂ ਨੇ ਸ਼ਬਦਾਂ ਦਾ ਗਾਇਨ ਕੀਤਾ। ਸੋਰਾਹ ਸਤ ਪਚਾਸੀਆ ਜਾਨ, ਬਦੀ ਅਸੌਜ ਸੋ ਦਸਵੀਂ ਮਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 1685 ਸਾਲ ਸੀ, ਇਸ ਤੋਂ ਇਲਾਵਾ ਅੱਸੂ ਦਾ ਮਹੀਨਾ ਸੀ ਔਰ ਦਸਵੀਂ ਦਾ ਦਿਨ ਸੀ ਜਦੋਂ ਕਿ ਉਹਨਾਂ ਨੇ ਸਰੀਰ ਨੂੰ ਤਿਆਗਿਆ। ਅਟਲ ਰਾਏ ਨਿਜ ਸਦਨ ਪਿਆਨੇ, ਅਬ ਲਓ ਮਹਿਮਾ ਥਾਨ ਮਹਾਨੇ। ਇਸ ਦਿਨ ਨੂੰ ਕਵੀ ਜੀ ਲਿਖਦੇ ਨੇ ਕਿ ਅਟਲ ਰਾਏ ਨੇ ਆਪਣੇ ਸਰੀਰ ਨੂੰ ਛੱਡਿਆ, ਅਬ ਲਓ ਮਹਿਮਾ ਥਾਨ ਮਹਾਨੇ। ਹੁਣ ਤੱਕ ਕਵੀ ਜੀ ਲਿਖਦੇ ਨੇ ਕਿ ਉਸ ਜਗ੍ਹਾ ਦੀ ਮਹਾਨ ਵੱਡੀ ਤੋਂ ਵੱਡੀ ਸੋਭਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ, 1686 ਸਾਲ ਲਿਖਿਆ, 9 ਦਿਨ ਅਸੂ ਤਦੋਂ ਗਿਆ ਸੀ ਜੀ, ਦਸਵੀਂ ਥਿਤ ਹੈ ਲਿਖੀ ਗ੍ਰੰਥਕਾਰਾਂ, ਗੁਰਪੁਰੀ ਵਾਸਾ ਬਾਬੇ ਲਿਆ ਸੀ ਜੀ, ਗੁਰ ਮਤ ਅਨੁਸਾਰ ਸਭ ਕਰਮ ਹੋਏ, ਸ੍ਰੀ ਗ੍ਰੰਥ ਜੀ ਦਾ ਭੋਗ ਪਿਆ ਸੀ ਜੀ, ਹੇਤ ਪਾਰੇ ਉਪਕਾਰ ਕਰਤਾਰ ਸਿੰਘਾ, 9 ਵਰੇ ਬਾਬਾ ਜਗ ਤੇ ਰਿਹਾ ਸੀ ਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਇਸ ਤਰ੍ਹਾਂ ਲਿਖਦੇ ਨੇ
ਕਿ 1686 ਸਾਲ ਸੀ ਔਰ 10ਵੀਂ ਥਿੱਤ ਸੀ। ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਪਰਉਪਕਾਰ ਦੇ ਵਾਸਤੇ ਅਟਲ ਰਾਏ ਜੀ ਸਿਰਫ 9 ਵਰੇ ਹੀ ਇਸ ਜੱਗ ਦੇ ਉੱਤੇ ਜ਼ਿੰਦਾ ਰਹੇ, ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ। ਦੂਸਰੇ ਪਾਸੇ ਕਰੀਬ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੇ ਅਧਿਆਇ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਅਗਲੀ ਕਥਾ ਨੂੰ ਜਿਸ ਤਰੀਕੇ ਦੇ ਨਾਲ ਬਿਆਨ ਕਰਨਗੇ, ਮੈਂ ਉਸੇ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।